ਅੱਜਕੱਲ ਗਾਂ ਦੇ ਦੁੱਧ ਦੇ ਕਿਉਂ ਦਾ ਬੜਾ ਹੀ ਰਿਵਾਜ ਹੈ ਗਾਂ ਦਾ ਦੁੱਧ ਹੀ ਪੀਣਾ ਸੀ ਤੁਸੀਂ ਇਹ ਕਿਉਂ ਨਹੀਂ ਲਿਖਦੇ ਕਿ ਸ਼ੁੱਧ ਗਾਏ ਦਾ ਗਾਏ ਦਾ ਦੇਸੀ ਕੀ ਗਾਏ ਦਾ ਸ਼ੁੱਧ ਦੇਸੀ ਕੀ ਫਰਕ ਕੀ ਹੈ ਦੇਖੋ ਫਰਕ ਦੱਸਾਂਗੀ ਜਿਹੜਾ A2 ਦੁੱਧ ਹੈ ਨਾ ਦੇਸੀ ਆਪਣੀ ਅਪ ਇੰਡੀਆ ਵਾਲੀ ਗਾਂ ਦਾ ਇਹ ਵਾਲਾ ਦੁੱਧ ਤੇ ਮਾਂ ਦੇ ਦੁੱਧ ਦੇ ਵਿੱਚ ਬਹੁਤ ਤਾਲਮੇਲ ਹੈ ਅੱਛਾ ਬਹੁਤ ਤਾਂ ਸਭ ਹੁਣ ਜਿਹੜਾ ਘਿਓ ਹੈ ਘਿਓ ਖਾਣ ਤੋਂ ਮੇਰੇ ਵਰਗੇ ਤਾਂ ਨਹੀਂ ਰਹਿ ਸਕਦੇ ਹੈਗੇ ਖਾਣ ਤੋਂ ਬਣਾ ਭਾਵੇਂ ਜਿੰਨਾ ਮਰਜ਼ੀ ਡਾਕਟਰ ਕਹੀ ਜਾਣ ਕਿ ਘਿਓ ਨਹੀਂ ਖਾਣਾ ਅਸੀਂ ਸਬਜੀ ਦਾਲ ਮਤਲਬ ਇੱਕ ਚਮਚ ਘਿਓ ਤੋਂ ਬਿਨਾ ਨਹੀਂ ਖਾ ਸਕਦੇ ਕਿ ਮੇਰੇ ਵਰਗੇ ਬਹੁਤ ਸਾਰੇ ਹੋਰ ਲੋਕ ਵੀ ਹੋਣਗੇ ਅੱਜਕੱਲ ਤਾਂ ਲੋਕ ਆਮ ਤੌਰ ਤੇ ਕਹਿੰਦੇ ਨੇ ਮੇਰੀ ਯੂਰੀਆ ਵਧ ਗਈ ਯੂਰੀਆ ਵਧ ਗਈ ਕਹਿੰਦੇ ਨੇ ਹਾਂ ਠੀਕ ਹੈ ਤੇ ਯੂਰੀਆ ਯੂਰੀਆ ਤੁਸੀਂ ਹੁਣ ਦੁੱਧ ਪਾ ਕੇ ਅਗਰ ਪੀਲੋਗੇ ਪਰ ਜਿਹੜੀਆਂ ਦੇਸੀ گاਵਾ ਨੇ ਉਹ ਹੁਣ ਇੰਨੀ ਵੱਡੀ ਗਿਣਤੀ ਵਿੱਚ ਨਹੀਂ ਹੈਗੀਆਂ ਮੁਲਕ ਦੇ ਵਿੱਚ ਤੇ ਜਿਹੜੇ ਵੱਡੇ ਵੱਡੇ ਦਾਅਵੇ ਕਰਦੇ ਨੇ ਕਿ ਅਸੀਂ ਗਾਂ ਦੇ ਦੁੱਧ ਦਾ ਘਿਓ ਵੇਚਦੇ ਆ ਕੀ ਇਹ ਪੋਸੀਬਲ ਹੈਗਾ ਕਿ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ ਬਟ ਉਹਨੇ ਇੰਨੀ ਜ਼ਿਆਦਾ ਵੱਡੀ ਗਲਤੀ ਨਹੀਂ ਕੀਤੀ ਲੇਕਿਨ ਜਿਹੜਾ ਐਡਲਟਰੇਟਡ ਹੈ ਇਹ ਤਾਂ ਛੱਡਣ ਚੀਜ਼ ਹੈ ਬੰਦੇ ਇਹਨਾਂ ਦਾ ਮਤਲਬ ਉਹਨਾਂ ਕਿਆਨ ਦੀ ਸਜ਼ਾ ਪਾਉਣੀ ਹੈ ਇਹ ਤਾਂ ਹਾਂ ਹੁਣ ਕਿਉਂਕਿ ਇਹ ਜੋ ਖਾਏਗਾ ਉਹਨੂੰ ਕੈਂਸਰ ਹੋਏਗਾ ਕਿਡਨੀ ਖਰਾਬ ਹੋਏਗੀ ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਹਰਸ਼ਰਨ ਕੌਰ ਅੱਜਕੱਲ ਬੜੀ ਚਰਚਾ ਚੱਲ ਰਹੀ ਹੈ ਪੰਜਾਬ ਦੇ ਵਿੱਚ ਮਿਲਾਵਟ ਵਾਲੇ ਘਿਓ ਦੀ ਦੁੱਧ ਦੀ ਤੇ ਖੋਏ ਦੀ ਇਹ ਚਰਚਾ ਇਸ ਕਰਕੇ ਚੱਲ ਰਹੀ ਹੈ ਕਿਉਂਕਿ ਫੂਡ ਐਂਡ ਡਰੱਗਸ ਐਡਮਿਨਿਸਟ੍ਰੇਸ਼ਨ ਨੇ ਜਿਹੜੇ ਅੰਕੜੇ ਪੇਸ਼ ਕੀਤੇ ਨੇ ਉਹ ਡਰਾਉਣ ਵਾਲੇ ਨੇ ਕਿ ਪੰਜਾਬ ਦਾ ਘਿਓ ਵੀ ਹੁਣ ਖਾਲਸ ਨਹੀਂ ਰਿਹਾ ਪੰਜਾਬ ਦੇ ਘਿਓ ਦੇ ਵਿੱਚ ਵੀ ਮਿਲਾਵਟ ਹੋਣ ਲੱਗੀ ਹੈ ਜਿਹੜਾ ਪੰਜਾਬ ਦਾ ਘਿਓ ਤੇ ਦੁੱਧ ਜਾਣਿਆ ਜਾਂਦਾ ਸੀ ਆਪਣੀ ਪਿਓਰਿਟੀ ਕਰਕੇ ਉਹ ਵੀ ਅੱਜ ਜਿਹੜਾ ਮਿਲਾਵਟ ਖੋਰਾਂ ਦਾ ਧੰਦਾ ਬਣ ਕੇ ਰਹਿ ਗਿਆ ਤੇ 21 ਫੀਸਦੀ ਤੋਂ ਵੱਧ ਨਮੂਨੇ ਦੇਸੀ ਘਿਓ ਦੇ ਫੇਲ ਹੋਏ ਨੇ ਅੱਜ ਅਸੀਂ ਚਰਚਾ ਕਰਾਂਗੇ ਦੋ ਤਿੰਨ ਮੁੱਦਿਆਂ ਦੇ ਉੱਤੇ ਫੋਕਸ ਰਹੇਗਾ ਕਿ ਜਿਹੜਾ ਘਿਓ ਅਸੀਂ ਬੜੇ ਚਾਅ ਨਾਲ ਲੈ ਕੇ ਖਾਂਦੇ ਆਂ گا ਦਾ ਘਾਓ ਹੈ ਇਹ ਮੱਝ ਦੇ ਦੁੱਧ ਦਾ ਘਿਓ ਹੈ ਤੇ ਬਹੁਤ ਸਾਰੀਆਂ ਕੰਪਨੀਆਂ ਸਾਡੇ ਸਾਹਮਣੇ ਨੇ ਬਹੁਤ ਸਾਰੀਆਂ ਡੇਰੀਆਂ ਸਾਡੇ ਸਾਹਮਣੇ ਇਸ ਦੁਨੀਆ ਦੇ ਵਿੱਚ ਹੈਗੀਆਂ ਨੇ ਜਿਹੜੀਆਂ ਪਿਓਰਿਟੀ ਦਾ ਡੰਕਾ ਵਜਾਉਂਦੀਆਂ ਨੇ ਕਿ ਸਾਡੇ ਤੋਂ ਸ਼ੁੱਧ ਘਿਓ ਨਹੀਂ ਬਣਾ ਸਕਦਾ ਕੋਈ ਕੀ ਅਸੀਂ ਸੱਚਮੁੱਚ ਉਹ ਪਿਓਰ ਘਿਓ ਖਾ ਰਹੇ ਹਾਂ ਉਨ੍ਹਾਂ ਦੇ ਵਿੱਚ ਫਰਕ ਕੀ ਹੈ ਇਹ ਜਿਹੜੀਆਂ ਕੰਪਨੀਆਂ ਨੇ ਸਾਨੂੰ ਕੀ ਪ੍ਰੋਸਕੇ ਦੇ ਰਹੀਆਂ ਨੇ ਤੇ ਦੂਸਰੀ ਅਹਿਮ ਚਰਚਾ ਆਪਾਂ ਕਰਾਂਗੇ ਕਿ ਤਿਉਹਾਰਾਂ ਦਾ ਸੀਜ਼ਨ ਕਿਉਂਕਿ ਚੱਲ ਰਿਹਾ ਹੈ ਤੇ ਹੁਣੇ ਇਹ ਅੰਕੜੇ ਸਾਹਮਣੇ ਆਏ ਨੇ ਰਖੜੀ ਲੰਘੀ ਗਿਆ ਉਸ ਤੋਂ ਬਾਅਦ ਦੀਵਾਲੀ ਤੇ ਦਸਹਿਰਾ ਇਹੋ ਜੇ ਕਈ ਕਈ ਤਿਉਹਾਰ ਹੌਣੇ ਨੇ ਤੇ ਮਠਾਈਆਂ ਦੇ ਨਾਲੇ ਜੁੜੇ ਹੋਏ ਨੇ ਸੋ ਤਿਹਾਰਾਂ ਦੇ ਸੀਜ਼ਨ ਦੇ ਵਿੱਚ ਕੀ ਮਿਲਾਵਟ ਹੁੰਦੀ ਹੈ ਬਾਕੀ ਟਾਈਮ ਦੇ ਵਿੱਚ ਜਿਹੜੇ ਜਿਹੜੇ ਹਲਵਾਈ ਨੇ ਜਾਂ ਫਿਰ ਜਿਹੜੇ ਦੁੱਧ ਪੈਦਾ ਕਰਨ ਵਾਲੇ ਉਤਪਾਦਕ ਨੇ ਕਿ ਉਹ ਸ਼ੁੱਧ ਦੁੱਧ ਦਿੰਦੇ ਨੇ ਇਹਨਾਂ ਸਾਰੀਆਂ ਗੱਲਾਂ ਤੇ ਆਪਾਂ ਚਰਚਾ ਕਰਾਂਗੇ ਤੇ ਇਹ ਦੁੱਧ 'ਚ ਮਿਲਾਵਟ ਲਈ ਪਾਇਆ ਕੀ ਕੁਝ ਜਾਂਦਾ ਹੈ ਸੋ ਸਾਡੇ ਨਾਲ ਖਾਸ ਤੌਰ ਤੇ ਅੱਜ ਦੀ ਚਰਚਾ ਦੇ ਵਿੱਚ ਮੌਜੂਦ ਨੇ ਸਟੂਡੀਓ ਦੇ ਵਿੱਚ ਡਾਕਟਰ ਸੰਤੋਖ ਸਿੰਘ ਸਾਡੇ ਖਾਸ ਮਹਿਮਾਨ ਨੇ ਪੁਰਾਣੇ ਮਹਿਮਾਨ ਨੇ ਆਯੁਰਵੇਦ ਸਪੈਸ਼ਲਿਸਟ ਨੇ ਤੇ ਨਿਊਟ੍ਰੀਸ਼ਨਿਸਟ ਨੇ 25 ਸਾਲ ਦਾ ਇਹਨਾਂ ਦਾ ਤਜਰਬਾ ਹੈਗਾ ਸੋ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਾਰੇ ਖਾਲਸ ਟੀਵੀ ਦੇ ਸੋਤਿਆਂ ਦੇ ਵਲੋਂ ਦੀ ਬਹੁਤ-ਬਹੁਤ ਵੱਡੀ ਸਤਿ ਸ਼੍ਰੀ ਅਕਾਲ ਜੀ ਜੀ ਸੋ ਡਾਕਟਰ ਸਾਹਿਬ ਮੁੱਦਾ ਆਪਾਂ ਨੂੰ ਪਤਾ ਲੱਗ ਹੀ ਗਿਆ ਸੋ ਸਭ ਤੋਂ ਪਹਿਲਾਂ ਜੇ ਆਪਾਂ ਸ਼ੁਰੂ ਕਰੀਏ ਇਸੇ ਗੱਲ ਤੋਂ ਜਿਹੜੀ ਮੈਂ ਕਿਤੇ ਕਿ ਕੀ ਤਿਹਾਰਾਂ ਦੇ ਸੀਜ਼ਨ ਦੇ ਵਿੱਚ ਹੀ ਮਿਲਾਵਟ ਹੁੰਦੀ ਹੈ ਜਾਂ ਫਿਰ ਤਿਹਾਰਾਂ ਦੇ ਸੀਜ਼ਨ ਦੇ ਵਿੱਚ ਹੀ ਮਿਲਾਵਟ ਕਿਉਂ ਸਾਹਮਣੇ ਆਉਂਦੀ ਹੈ ਕਿ ਉਦੋਂ ਹੀ ਚੈਕਿੰਗ ਹੁੰਦੀ ਹੈ ਬਾਕੀ ਟਾਈਮ ਤੇ ਚੈਕਿੰਗ ਨਹੀਂ ਹੁੰਦੀ ਕੀ ਮਸਲਾ ਹੈ ਇਹਨੂੰ ਕਿਵੇਂ ਸਮਝੀਏ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਚੈਕਿੰਗ ਇਹ ਹੋ ਨਹੀਂ ਕਰਦੇ ਹੈ ਜੀ ਅਗਰ ਇਹ ਚੈਕਿੰਗ ਹਮੇਸ਼ਾ ਕਰਦੇ ਰਹਿਣ ਤੇ ਰੈਗੂਲਰ ਕਰਦੇ ਰਹਿਣ ਤੇ ਲੋਕਾਂ ਦੇ ਦਿਲ 'ਚ ਵਿਸ਼ਵਾਸ ਬਣਿਆ ਰਹਿੰਦਾ ਹੈ ਜੀ ਜੀ ਇਹ ਜਦ ਕਰਦੇ ਨੇ ਚੈਕਿੰਗ ਜਦ ਤਿਹਾਰ ਆਂਦੇ ਨੇ ਲੋਕਾਂ ਨੂੰ ਇੱਕ ਇਨਡਾਇਰੈਕਟ 네ਗੇਟਿਵ ਮੈਸੇਜ ਆਂਦਾ ਹੈ ਕਿ ਇਹ ਦੁੱਧ ਸਾਰਾ ਠੀਕ ਨਹੀਂ ਹੈ ਮੈਂ ਮੈਂ ਮੈਸਿਨ ਐਕਲ ਟ ਲਾ ਗਿਆ ਨਾ ਤੁਸੀਂ ਜੇਕਰ ਇੰਨਾ ਹੀ ਧਿਆਨ ਰੱਖਣਾ ਹੈ ਤੇ ਤੁਸੀਂ ਹਮੇਸ਼ਾ ਕਰੋ ਇਹ ਜਿਹੜਾ ਤੁਸੀਂ ਅੱਜ ਆંકੜੇ ਤੁਸੀਂ ਦੱਸਿਆ ਇਹਦੇ ਵਿੱਚ ਸਿਰਫ 627 ਜਿਸ ਤੱਕ ਮੈਂ ਠੀਕ ਕਹਿ ਰਿਹਾ ਕਿ 627 ਸੈਂਪਲ ਪੂਰੇ ਪੰਜਾਬ ਚੋਂ ਭਰੇਗੇ ਨੇ ਕਿ 627 ਏਰੀਆ ਨੇ ਸੈਂਪਲ ਸਾਈਜ਼ ਛੋਟਾ ਪੈਲੀ ਗਲਤ ਹੈ ਹੈ ਨੰਬਰ 2 ਇਹਨਾਂ ਨੂੰ ਸੈਂਪਲ ਸਾਈਜ਼ ਦਵਾਣਾ ਚਾਹੀਦਾ ਹੈ ਤੇ ਹਮੇਸ਼ਾ ਕਰਨੀ ਚਾਹੀਦੀ ਹੈ ਅੱਜ ਕੱਲ ਇਹ ਕਿਉਂ ਕਰਦੇ ਨੇ 646 646 ਹਾਂ ਮੈਮ ਉਹਨਾਂ ਚੋਂ 88 ਫੇਲ ਹੋ ਗਏ ਹਾਂ 88 ਫੇਲ ਹੋ ਗਏ ਪਰ ਇਹਦੇ ਵਿੱਚ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸ ਦਿੰਦਾ ਹੈ ਕਿ ਜਿਹੜਾ ਦੁੱਧ ਪੈਕੇਟ ਵਿੱਚ ਸੀਗਾ ਉਹ ਆਰਟ ਸੈਂਪਲ ਪਰ ਸੀ ਸ਼ਾਇਦ ਤੁਸੀਂ ਚੈੱਕ ਕਰ ਲੈਣਾ ਉਹਦੇ ਵਿੱਚੋਂ ਦੀ ਕੋਈ ਵੀ ਫੇਲ ਨਹੀਂ ਹੋਇਆ अच्छा मतलब पैक्ड दूध सारा सही है दूधियां वाला फेल हो गया जो ये आज जड़ी आंकड़े आए हैं तो जेड़ा ਤੁਸੀਂ ਸਵਾਲ ਚੁੱਕਿਆ ਨਾ ਕਿ ਕੀ ਸਿਰਫ 646 ਡੇਰੀਆਂ ਨੇ ਇਹ ਬਹੁਤ ਪਤੇ ਦੀ ਗੱਲ ਹੈ ਵੀ ਕੀ ਸਾਰਿਆਂ ਦੇ ਵਿੱਚੋਂ ਨਮੂਨੇ ਲਏਗੇ ਸੈਂਪਲ ਸਾਈਜ਼ ਛੋਟਾ ਲਿੱਤਾ ਜਾਂਦਾ ਹੈ ਤੇ ਉਹ ਸੈਂਪਲ ਸਾਈਜ਼ ਕੌਣ ਲੈਂਦਾ ਹੈ ਕਿਸ ਤਰ੍ਹਾਂ ਲੈਂਦਾ ਹੈ ਕਿ ਕੀ ਉਹਨਾਂ ਦਾ ਮੋਟਿਵ ਹੈ ਪਿੱਛੇ ਹੈ ਨਾ ਇਹ ਇਹ ਚਾਂਸ ਦਾ ਵਿਸ਼ੇ ਹੈ ਬਿਲਕੁਲ ਬਿਲਕੁਲ ਇਹ ਤੇ ਅਸੀਂ ਖੋਲ ਕੇ ਗੱਲ ਵੀ ਨਹੀਂ ਕਰ ਸਕਦੇ ਸਾਡੇ ਕੋਲ ਐਕਸਪਰਟ ਹੋਣਾ ਚਾਹੀਦਾ ਪਰ ਅੰਦਰ ਖਾਤੇ ਜਾਣਦੇ ਅਸੀਂ ਸਾਰਾ ਜੋ ਜੋ ਆਇਆ ਹੈ ਮੈਂ ਤੁਹਾਨੂੰ ਦੱਸ ਰਿਹਾ ਠੀਕ ਹੈ ਨਾ ਜਿਹੜਾ ਪੈਕੇਜ ਬਾਤ ਆਰ 8 ਸੈਂਪਲ ਸੀ ਸ਼ਹਿਰ ਤੇ ਉਹ 8 ਤੇ 8 ਪਾਸ ਨੇ ਜੀ ਠੀਕ ਹੈ ਆਪਾਂ ਇਹ ਵੀ ਚੀਜ਼ ਦੇਖਣੀ ਹੈ ਪੋਜ਼ਿਟਿਵ ਵੀ ਦੇਖਣੀ ਹੈ ਯਾਨੀ ਕਿ ਯਾਨੀ ਕਿ ਜਿਹੜੇ ਜੜੀਆਂ ਮਤਲਬ ਵੱਡੀਆਂ ਵੇਰਕਾ ਵਰਗੀਆਂ ਕੰਪਨੀਆਂ ਨੇ ਉਹ ਸਾਰੀਆਂ ਇਹਦੇ ਵਿੱਚੋਂ ਪਾਸ ਨੇ ਹਾਂ ਪੈਕ ਨਹੀਂ ਪੈਕ ਤੂਦਾ ਪੈ ਉਹਦੇ ਵਿੱਚ ਕੰਪਨੀ ਦਾ ਨਾਮ ਨਹੀਂ ਲਿਖਿਆ ਹੋਇਆ ਹੈ ਪੈਕ ਦੁੱਧ ਆਇਆ ਸੀਗਾ ਕਿ ਉਹਦੇ ਵਿੱਚ ਜਿਹੜੇ ਪੈਕੇਟ ਵਿੱਚ ਮੰਨਣਾ ਸ਼ਾਇਦ ਨਾ ਛੋੜਨਾ ਵੀਰਕਾ ਇਹ ਅਮੂਲ ਹੋ ਗਿਆ ਤੁਸੀਂ ਇਹ ਦੇਖੋ ਪੰਜਾਬ ਦੇ ਵਿੱਚ ਇਸ ਟਾਈਮ ਪਹਿਲੇ ਵੀਰਕਾ ਕਲੀ ਸੀ ਉਹ ਅਮੂਲ ਆ ਗਿਆ ਮਦਰ ਡੇਰੀ ਆ ਗਈ ਮਦਰ ਡੇਰੀ ਮਜਾਬ ਦੇ ਵਿੱਚ ਦੁੱਧ ਦੀ ਖਪਤ ਬਹੁਤ ਜ਼ਿਆਦਾ ਹੈ ਤੇ ਪੰਜਾਬ ਦੇ ਦੁੱਧ ਦੇ ਵਿੱਚ ਦੁੱਧ ਦੀ ਪ੍ਰੋਡਕਸ਼ਨ ਪੂਰੇ ਇੰਡੀਆ ਚੋਂ ਸਭ ਤੋਂ ਜ਼ਿਆਦਾ ਪੰਜਾਬ ਦੁੱਧ ਪੈਦਾ ਕਰਦਾ ਹੈ ਬਿਲਕੁਲ ਔਰ ਔਰ ਇਹ ਹੈਰਾਨੀ ਦੀ ਗੱਲ ਹੈ ਪਿਛਲੇ ਪਿੱਛੇ ਜੇ ਅਸੀਂ ਪਿੰਡੋਂ ਆ ਰਹੇ ਸੀ ਤੇ ਪਿੰਡ ਦੇ ਵਿੱਚ ਸਾਡੇ ਪਿੰਡ ਚ ਦੁੱਧ ਹੀ ਖੜਾ ਨਾ ਇੱਕ ਘਰ ਚ ਦੁੱਧ ਪਾ ਰਿਹਾ ਸੀ ਮੇਰੇ ਮੰਮੀ ਵੀ ਨਾਲ ਸੀਗੇ ਉਹ ਕਹਿੰਦੇ ਵੀ ਦੇਖ ਲਓ ਪਿੰਡਾਂ 'ਚ ਇਹ ਹਾਲ ਹੋ ਗਿਆ ਕਿ ਦੁੱਧ ਦੇ ਦੁੱਧ ਪਾਣਾ ਨੂੰ ਅੱਗੇ ਹਰੇ ਘਰ 'ਚ ਮੱਝ ਹੁੰਦੀ ਸੀ ਇਸੇ ਕਰਕੇ ਉਹ ਖੱਪਤ ਹੈ ਜਿਹੜੀ ਉਧਰੋਂ ਜ਼ਿਆਦਾ ਹੋ ਗਈ ਅੱਛਾ ਉਹ ਲੋਕੀ ਇੱਕ ਪੁਆਇੰਟ ਇੱਥੇ ਹੋਰ ਹੈ ਕਿ ਲੋਕੀ ਪੈਕਟਾਂ ਵਾਲਾ ਦੁੱਧ ਕਿਉਂ ਨਹੀਂ ਕਿਉਂ ਪ੍ਰੈਫਰ ਕਰਦੇ ਆ ਜਿੱਥੇ ਤੱਕ ਮੈਂ ਰਿਸਰਚ ਕੀਤੀ ਹੈ ਨਾ ਦੇਖੋ ਮੈਂ ਤਾਂ ਨਿਊਟ੍ਰੀਸ਼ਨਿਸਟ ਆ ਤੇ ਆਪਾਂ ਲੱਭਦੇ ਆ ਕਿ ਬਿਮਾਰੀ ਦੀ ਜੜ ਕੀ ਹੈ ਲੋਕੀ ਕਹਿੰਦੇ ਕਿ ਸੀ ਸੁੱਤੇ ਰਹੀਏ ਸਵੇਰੇ ਦੁੱਧ ਦਾ ਪੈਕੇਟ ਬਾਹਰ ਆ ਜੇ ਸਾਨੂੰ ਦੁੱਧ ਦੀ ਬੈਲ ਮਾਰ ਕੇ ਨਾਲ ਉਠਾਏ ਸਾਨੂੰ ਉਠਣਾ ਪੈ ਜੇ ਬਿਲਕੁਲ ਬੜਾ ਖੁਸ਼ ਆ ਗਿਆ ਹੁਣ ਤੇ ਇਹ ਤਾਂ ਆਨਲਾਈਨ ਡੇਰੀ ਆ ਗਈ ਆਪਾਂ ਹੁਣ ਅਗੇ ਨਾਮ ਲਵਾਉਣਾ ਦੁੱਧ ਕੀ ਕਰਦਾ ਉਹ ਬੈਲ मारेਗਾ ਵਿਚਾਰਾ ਹੈਨਾ ਤੋ ਨੂੰ ਉੱਠ ਕੇ ਬਾਹਰ ਆਣਾ ਪਏ ਤੁਸੂ ਪਾਣਾ ਪਏ ਪਾਂਡਾ ਉਹ ਪ੍ਰਾਣਾ ਸਿਰ ਤੇ ਬਣਾ ਸੀ ਕਾ ਲੋਕੀ ਚੇਂਜ ਹੋ ਰਹੇ ਨੇ ਬਟ ਆਈ ਵਿਲ ਸੇ ਮੈਂ ਇਹ ਵੀ ਨਹੀਂ ਕਹਿੰਦਾ ਕਿ ਸਾਰੇ ਦੁੱਧ ਹੀ ਖਰਾਬ ਨੇ ਮੈਂ ਐਵੀਂ ਵੀ ਕਹਿੰਦਾ ਕਿ ਜਿਹੜਾ ਖਾਲੀ ਜਿਹੜਾ ਪੈਕੇਟ ਲੂਸ ਮਿਲਦਾ ਹੈ ਖਰਾਬ ਨਹੀਂ ਬਟ ਇੰਨਾ ਤੇ ਖਾਲੀ ਜਿਹੜਾ ਖੁੱਲਾ ਮਿਲਦਾ ਦੁੱਧ ਜਿਹੜਾ ਇਹਨਾਂ ਦੇ ਉੱਤੇ ਐਡਲਟਰੇਸ਼ਨ ਦੇ ਚਾਂਸਸ ਜ਼ਿਆਦਾ ਹੁੰਦੇ ਨੇ ਠੀਕ ਹੈ ਸੋ ਹੁਣ ਐਡਲਟਰੇਸ਼ਨ ਤੁਸੀਂ ਕਿਹਾ ਇਹਦਾ ਕੀ ਮਤਲਬ ਹੈ ਸਾਡੇ ਦਰਸ਼ਕਾਂ ਦੇਖੋ ਐਡਲਟਰੇਸ਼ਨ ਦੇਖੋ ਪਹਿਲੇ ਕੱਲ ਤੇ ਸਮਝੋ ਕਿ 10 ਤਰੀਕੇ ਦੀ ਹੁੰਦੀ ਹੈ ਮਿਲਾਵਟ ਹਾਂਜੀ ਅੱਛਾ ਸਭ ਤੋਂ ਹੁੰਦੀ ਹੈ ਕਿ ਸਭ ਤੋਂ ਪਹਿਲਾ ਹੁੰਦਾ ਹੈ ਕਿ ਨਾਰਮਲ ਸਟੈਂਡਰਡ ਇੱਕ ਹੁੰਦਾ ਹੈ ਸਬਸਟੈਂਡਰਡ ਜੀ ਇੱਕ ਹੁੰਦਾ ਹੈ ਐਡਲਟਰੇਟਡ ਮਤਲਬ ਅਨਸੇਫ ਤੁਸੀਂ ਇੱਕ ਚੀਜ਼ ਹੋਰ ਇਹ ਆਪਣੇ ਜਾਂਚ ਦੇ ਤੁਸੀਂ ਧਿਆਨ ਨਾਲ ਪੜਨਾ ਇਹਦੇ ਵਿੱਚੋਂ ਦੀ ਅਨ ਰਲਟ੍ਰੇਟਡ ਅਰਲਟ੍ਰੇਟਡ ਦੁੱਧ ਬਹੁਤ ਘੱਟ ਪਾਇਆ ਗਿਆ ਹੈ ਸਿਰਫ ਅਨ ਸੇਫ ਪਾਇਆ ਗਿਆ ਹੈ ਅਨ ਸੇਫ ਅਨ ਸੇਫ ਤੇ ਰਲਟ੍ਰੇਟਡ ਚ ਕੀ ਫਰਕ ਹੁੰਦਾ ਹੈ ਹਾਂ ਬਿਲਕੁਲ ਹਾਂ ਜਿਹੜਾ ਅਨ ਸੇਫ ਹੁੰਦਾ ਨਾ ਜਿਸ ਤਰ੍ਹਾਂ ਅਸੀਂ ਪੈਕੇਟ ਤੇ ਲਿਖਿਆ ਜੀ ਇਹਦੇ ਵਿੱਚ ਫੈਟ ਦੀ ਜਿਹੜੀ ਮਾਤਰਾ ਹੈਗੀ ਹੈ 7% ਹੈ ਸਪੋਸ ਸੋਸ ਲੋਟੇ ਉਹ ਕਿ ਟੌਨਡ ਡਬਲ ਟੌਨਡ ਤੇ ਫੁੱਲ ਕਰੀਮ ਮਿਲਦਾ ਹੈ ਠੀਕ ਹੈ ਅਗਰ ਅਸੀਂ ਮਾਤਰਾ ਨਿਕਤੀ 7% 7% ਨਿਕਤੀ ਨਿਕਲਾਈ 6.8 6.9 ਉਹ 0.2% ਘਟੀ ਤੀ ਤੇ ਇਹਨਾਂ ਨੇ ਇਹਨਾਂ ਨੇ ਕਰ ਦੇਣਾ ਕਿ ਇਹ ਇਹ ਆਪਣਾ ਉਹ ਹੈਗਾ ਹਾਂ ਅਨਸੇਫ अनसेफ है आ, या नहीं अनसेफ नहीं सब स्टैंडर्ड है सब स्टैंडर्ड अच्छा सब एक है कि सेफ एक सब स्टैंडर्ड एक एडल्ट्रेटेड ये तीनों कंफ्यूज ना करो हां अनसेफ सब स्टैंडर्ड दे ਅਡਲਟ ਰੇਟ ਤੇ ਸਾਰੇ ਸੈਂਪਲ ਜਿਹੜੇ ਫੇਲ ਹੋਏ ਨੇ ਮੋਸਟਲੀ ਇਹ ਹੋਏ ਨੇ ਸਬਸਟੈਂਡਰਡ ਦੇ ਵਿੱਚ ਅੱਛਾ ਯਾਨੀ ਕਿ ਫੈਟ ਘੱਟ ਸੀ ਫੈਟ ਹਾਂ ਕੁਛ ਨਾ ਕੁਛ ਮਤਲਬ ਕਿ ਇਸਰਾ ਇੱਕ ਇੱਕ ਕੁਛ ਨਾ ਐਸ ਐਨ ਐਫ ਹੁੰਦਾ ਐ ਐਸ ਐਨ ਐਫ ਹੁੰਦਾ ਹੈ ਕਿ ਜਿਹੜਾ ਕਿ ਨਾਨ ਫੈਟ ਸੋਲਿਡ ਨਾਨ ਫੈਟ ਦੇਖੋ ਇਹਨਾਂ ਇੰਗਲਿਸ਼ ਦੇ ਵਰਡ ਨੇ ਇਹ ਆਮ ਬੰਦਨ ਸਮਝਣੇ ਲੱਗ ਰਹੇ ਲੇਕਿਨ ਇਹਦੇ ਵਜ੍ਹਾ ਜਦ ਚੈੱਕ ਕਰਦੇ ਨੇ ਲੈਬ ਦੇ ਵਿੱਚ ਇੱਕ ਤਾਂ ਇਹ ਚੈੱਕ ਕਰਦੇ ਨੇ ਕਿ ਫੈਟ ਕਿੰਨਾ ਹੈ ਇੱਕ ਕਰਦੇ ਨੇ ਐਸ ਐਨ ਐਫ ਸੋਲਿਡ ਨਾਨ ਫੈਟ ਫੈਟ ਤੋਂ ਇਲਾਵਾ ਜਿਹੜਾ ਉਹਦੇ ਵਿੱਚ ਪ੍ਰੋਟੀਨ ਹੈ ਜਿਹਦੇ ਉਹਦੇ ਵਿੱਚ ਪਾਣੀ ਹੈ ਜਿਹੜਾ ਉਹਦੇ ਵਿੱਚ ਮਿਨਰਲ ਹੈ ਜਿਹੜਾ ਉਹਦੇ ਵਿੱਚ ਵਿਟਾਮਿਨਸ ਨੇ ਉਹ ਕਿੰਨੇ ਨੇ ਉਹ 11 ਤੇ ਉਤਰਦੇ ਆ ਕਿ ਹਾਂ ਇਸ ਇਹ ਇਹ ਕਿੰਨੇ ਨੇ ਇਹ ਵੀ ਅਗਰ ਵਿਟਾਮਿਨਸ ਵੀ ਘਟਦੇ ਨੇ ਥੋੜੇ ਜੇ ਹਨਾ ਅਗਰ ਉਹਦੇ ਵਿੱਚ ਮਿਨਰਲਸ ਵੀ ਕੈਲਸ਼ੀਅਮ ਵੀ ਘਟ ਪਾਇਆ ਜਾਂਦਾ ਤੇ ਇਹਨੂੰ ਅਸੀਂ ਕਹਿ ਦਿੰਦੇ ਆ ਕਿ ਇਹ ਹਾਂ ਇਹ ਨਹੀਂ ਇਹ ਸਬਸਟੈਂਡਰਡ ये सम्स्टेंडर्ट थीक है। थीक है, थीक है। अनसेफ उथे आ जिथे ये पाते ने प्रोटीन प्रोटीन का मतलब हों नाइट्रोजन ठीक है नाइट्रोजन प्रोटीन का ना मतलब समझो कि जरा नाइट्रोजन हूं जो हों रोटी ये कार्बन हाइड्रोजन से ऑक्सीजन तेल हों कार्बन हाइड्रोजन जोड़ा प्रोटीन है वह कार्बन हाइड्रोजन से नाइट्रोजन होंगी है ये करते हैं कई कोई ਜਿਹੜੇ ਹਾਂ ਕਈ ਮੈਂ ਸਭ ਨੂੰ ਦੀ ਮੈਂ ਕਹਿੰਦਾ ਮੈਨੂੰ ਟ੍ਰੋਲ ਨਾ ਕਰਿਓ ਕਈ ਕਈ ਬੰਦੇ ਕਰਦੇ ਨੇ ਇਹ ਨਾਈਟ੍ਰੋਜਨ ਨੂੰ ਪਾਉਂਦੇ ਨੇ ਯੂਰੀਆ ਤੋਂ ਹੋਏ ਹੋਏ ਇਹ 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 ਹੈ ਚੀਜ਼ ਬਿਲਕੁਲ ਇਹ ਅਸਲੀ ਮਤਲਬ ਖਤਰੇ ਵਾਲੀ ਇਹ ਖਤਰੇ ਵਾਲਾ ਕੰਮ ਹੈ ਇੱਥੇ ਐਫਐਸਐਸਆਈ ਵਾਲੇ ਨਾਲ ਚੰਡੀਗੜ੍ਹ ਮੈਂ ਏ ਸਿਗੇ ਮੈਂ ਗੱਲ ਕਰਕੇ ਆਇਆ ਕੱਲ ਉਹਨਾਂ ਨੇ ਕਿਹਾ ਕਿ 4 ਤੋਂ 10 ਲੱਖ ਦਾ ਫਾਈਨ ਹੈ ਤੇ ਉਮਰ ਕੈਦ ਦੀ سزا ਹੈਗੀ ਜੇ ਤੁਹਾਡੇ ਦੁੱਧ ਦੇ ਵਿੱਚ ਐਡਲਟ੍ਰੇਸ਼ਨ ਮਿਲ ਗਈ ਲੇਕਿਨ ਇਹ ਕਨਵਿਕਸ਼ਨ ਮੇਰੇ ਹਿਸਾਬ ਦੇ ਨਾਲ ਤੁਸੀਂ ਦੱਸ ਦਿਓ ਪੰਜਾਬ 'ਚ ਕਿੰਨੀ ਖੋਈ ਹੈ ਬਿਲਕੁਲ ਕੋਈ ਕੇਸ ਹੈ ਜੋ ਸਾਹਮਣੇ ਨਹੀਂ ਆਉਂਦਾ ਕਿ ਦੁੱਦੀ ਨੇ ਦੁੱਧ ਦੇ ਵਿੱਚ ਮਿਲਾਵਟ ਕੀਤੀ ਹੈ ਤੇ ਉਹਨੂੰ ਕੋਈ ਸਜ਼ਾ ਮਿਲੀ ਹੋਵੇ ਮੇਰੇ ਧਿਆਨ 'ਚ ਹੈ ਨਹੀਂ ਅਸੀਂ ਤਾਂ ਖਬਰਾਂ ਰੋਜ਼ ਚਲਾਉਂਦੇ ਆ ਕੋਈ ਐਹੋ ਜੀ ਮਤਲਬ ਕਿ ਫਾਈਨ ਲਾ ਕੇ ਉਹ ਮਾੜਾ ਮੋਟਾ 10-20 ਹਜ਼ਾਰ ਦੇ ਕੇ 10-20 ਹਜ਼ਾਰ ਮੈਂ ਨਹੀਂ ਬੋਲਾਂਗਾ ਉਹਨੂੰ ਉੱਤੇ ਥੱਲੇ ਕਰਕੇ ਤੇ ਉਹ ਫੈਸਲਾ ਕਰ ਲੈਂਦੇ ਨੇ ਆਦਰਵਾਇਜ਼ ਸਜ਼ਾ ਹੈਗੀ 10 ਸਾਲ ਦੀ ਤੇ ਜੁਰਮਾਨਾ 10 ਸਾਲ ਦੀ ਉਮਰ ਕੈਦੀ ਉਮਰ ਕੈਦੀ ਸਜ਼ਾ ਇਹ ਐਫਐਸਆਈ ਨਵਾਂ 2006 ਐਕਟ ਬਣਾਇਆ ਜੜਾ ਅੱਛਾ ਇਹ ਨਵਾਂ ਐਕਟ ਬਣਿਆ ਮੈਂ ਹੁਣੇ ਬਾਅਦ ਬੈਠਾ ਹੀ ਪੜ ਰਿਆ ਸੀ 2006 ਤੇ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਐਫਐਸਏ ਨੂੰ ਫੋਨ ਚੱਕਿਆ ਨਹੀਂ ਮੈਂ ਫਿਰ ਨੈਟ ਤੇ ਦੇਖਿਆ 2006 ਐਫਐਸਏਆਈ ਦੇ ਐਕਟ ਦੇ ਵਿੱਚ ਲਿਖਿਆ ਹੈ ਕਿ 2 ਲੱਖ ਤੋਂ 10 ਲੱਖ ਵਿਦ ਉਮਰ ਕੈਦ ਜਾਂ ਵਿਦਆਊਟ ਉਮਰ ਕੈਦ ਇਹ ਇਹ ਜੱਜ ਦੀ ਮਰਜ਼ੀ ਹੁੰਦੀ ਹੈ ਜਾਂ ਦੋਨੇ ਹੋ ਸਕਦੀਆਂ ਨੇ ਜੁਰਮਾਨਾ ਤੇ ਕੈਦ ਜਾਂ ਫਿਰ ਇਕੱਲੇ-ਇਕੱਲੇ ਫਸਟ ਗਵਰਨਮੈਂਟ ਨੇ ਆਪਣਾ ਕੰਮ ਕਰਕੇ ਆ ਕਰ ਲਿਆ ਕਾਨੂੰਨ ਬਣਾਤਾ ਪਿੱਛੋ ਕੇ ਬਹਿ ਗਏ ਲਾਗੂ ਕਿੰਨੇ ਕਰਨਾ ਹੈ ਅਫਸਰਾਂ ਨੇ ਬਿਲਕੁਲ ਤੇ ਜਿਹੜੀਆਂ ਜਿਹੜੀਆਂ ਸੰਸਥਾਵਾਂ ਨੇ ਚਲੋ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਐ ਇਹਨਾਂ ਨੇ ਨਮੂਨੇ ਲਏ ਤੇ ਅੰਕੜੇ ਸਾਹਮਣੇ ਰੱਖਦੇ ਲੋਕਾਂ ਤੇ ਖਬਰਾਂ ਚੱਲਦੀਆਂ ਨੇ ਪਰ ਉਸ ਤੋਂ ਬਾਅਦ ਇਹਨੂੰ ਫਾਲੋਅ ਅਪ ਕੌਣ ਕਰੂਗਾ ਦੇਖੋ ਮੋਟੀ ਗੱਲ ਹਾਂ ਜਿਹੜੇ ਮਤਲਬ ਪਾਏ ਗਏ ਨੇ ਦੋਸ਼ੀ ਪਾਏ ਗਏ ਨੇ ਉਹਨਾਂ ਨੂੰ ਸਜ਼ਾ ਕੌਣ ਦੇਣਾ ਮੋਟੀ ਗੱਲ ਇਹ ਹੈ ਕਿ ਤੁਸੀਂ ਪਹਿਲੇ ਲੋਕਾਂ ਨੂੰ ਦੱਸੋ ਕਿ ਇਹ ਜਿਹੜਾ ਸੇਫ ਤੇ ਜਿਹੜਾ ਅਨਸੇਫ ਹੈਗਾ ਹੈ ਤੇ ਜਿਹੜਾ ਸਬਸਟੈਂਡਰਡ ਹੈਗਾ ਤੇ ਇਹ ਰਿਲੇਟੇਡ ਕੀ ਫਰਕ ਹੁੰਦਾ ਲੋਕਾਂ ਨੂੰ ਅਗਰ ਉਕਤਾਈ ਨਹੀਂ ਹੈਗੀ ਸੋ ਜਿਹੜਾ ਜਿਹੜਾ ਤੁਸੀਂ ਦੱਸਿਆ ਕਿ ਹੁਣ ਜਿਹੜੇ ਤਾਜ਼ਾ ਅੰਕੜੇ ਸਾਹਮਣੇ ਆਨੇ ਉਹ ਸਾਰੇ ਸਬਸਟੈਂਡਰਡ ਵਾਲੇ ਨਹੀਂ ਯਾਨੀ ਕਿ ਫੈਟ ਕਟ ਸੀ ਫੈਟ ਕਟ ਸੀ ਜਾਂ ਕਿਸੇ ਵਿੱਚ ਕੋਈ ਐਸ ਐਨ ਐਫ ਐਸ ਐਨ ਐਫ ਹੁੰਦਾ ਇੱਕ ਸੋਲਿਡ ਨਾਟ ਫੈਟ ਠੀਕ ਹੈ ਤੇ ਫੈਟ ਹੋ ਗਿਆ ਨਾ ਇੱਕ ਫੈਟ ਤੋਂ ਇੱਕ ਉਹਦੇ ਵਿੱਚ ਫੈਟ ਹੁੰਦਾ ਇੱਕ ਫੈਟ ਤੋਂ ਅਲਾਵਾ ਪ੍ਰੋਟੀਨ ਵੀ ਤਾਂ ਹੁੰਦਾ ਨਾ ਮਿਨਰਲਸ ਵੀ ਹੁੰਦੇ ਉਹਨੂੰ ਅਸੀਂ ਅਲੱਗ ਪਕੜਦੇ ਆ ਐਸ ਐਨ ਐਫ ਕਹਿੰਦੇ ਆ ਤੇ ਇਹ ਐਸ ਐਨ ਐਫ ਚੈੱਕ ਕਰਦਾ ਹੈ ਅੱਛਾ ਨੰਬਰ 3 ਇਹ ਮੈਂ ਹੁਣੇ ਸਾਈਟ 'ਤੇ ਖੋਲੀ ਸੀ ਤੇ ਥੋੜਾ ਕੈਮਰਾ ਫੋਕਸ ਨਹੀਂ ਹੋਣਾ ਪਰ ਆਪਾਂ ਇਹਨੂੰ ਸਕਰੀਨ 'ਤੇ ਲਾ ਦਾਂਗੇ। ਇਹਦੇ ਵਿੱਚ ਨਾ ਇੱਕ BR ਵੈਲਿਊ ਆਂਦੀ ਹੈ। BR ਵੈਲਿਊ ਆਂਦੀ ਹੈ ਤੇ ਇਹ BR ਵੈਲਿਊ ਜਿਹੜੀ ਹੈਗੀ ਹੈ ਇਹ ਲੈਬ 'ਚ ਚੈੱਕ ਹੁੰਦੀ ਹੈ। ਇਹ ਦੱਸਦੀ ਹੈ ਕਿ ਇਹਦੇ 'ਚ ਯੂਰੀਆ ਪਿਆ ਕਿ ਨਹੀਂ ਪਿਆ। ਅੱਛਾ। ਯੂਰੀਆ ਕਦੀ ਵੀ ਦੇਖ ਕੇ ਟੈਸਟ ਕਰਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਕਨਵਿਕਸ਼ਨ ਤਾਂ ਹੀ ਹੋਏਗੀ ਅਗਰ BR ਵੈਲਿਊ ਖਰਾਬ ਆਏਗੀ। ਹਾਂ BR ਵੈਲਿਊ ਕੱਢਣੀ ਕਿੰਨੇ ਆ? ਆਥਾਰਟੀਸ ਨੇ ਬਿਲਕੁਲ ਆਥਾਰਟਿਸ ਨੇ ਕਰਦੇ ਤੇ ਦੇਖੋ ਯੂਰੀਆ ਕਿੰਨਾ ਖਤਰਨਾਕ ਨਾਮ ਹੈ ਤਾਂ ਮੈਂ ਕੀ ਹੋ ਰਿਹਾ ਯੂਰੀਆ ਗੱਡੀਆਂ ਚ ਵੀ ਪੈਂਦੀ ਆ ਖੇਤਾਂ ਚ ਵੀ ਪੈਂਦੀ ਆ ਤੇ ਉਹੀ ਤਾਂ ਤਾਂ ਮੈਂ ਕੀ ਹੋ ਰਿਹਾ ਜਿਹੜਾ ਅਸੀਂ ਪ੍ਰੋਟੀਨ ਖਾਂਦੇ ਆ ਨਾਈਟ੍ਰੋਜਨ ਵਾਲਾ ਸਾਡੇ ਪਿਸ਼ਾਬ ਚੋ ਜਿੱਥੇ ਅਸੀਂ ਕਿਡਨੀ ਟੈਸਟ ਕਰਦੇ ਆ ਸਭ ਤੋਂ ਪਹਿਲੇ ਕਿਡਨੀ ਯੂਰੀਆ ਚੈੱਕ ਕੀਤਾ ਜਾਂਦਾ ਹੈ ਕਿਡਨੀ ਕ੍ਰਿਟਨਿਨ ਚੈੱਕ ਕੀਤੀ ਜਾਂਦੀ ਹੈ ਯੂਰੀਆ ਸਾਡਾ ਸਰੀਰ ਬਾਹਰ ਕੱਢਦਾ ਹੈ ਅਗਰ ਸਾਡਾ ਸਰੀਰ ਜਿਆਦਾ ਬਾਹਰ ਕੱਢ ਦੇਣਾ ਯੂਰੀਆ ਇਹਦਾ ਮਤਲਬ ਕਿਡਨੀ ਖਰਾਬ ਹੋ ਗਈ ਹੈ ਇਹ ਜਿੰਨਾ ਤੁਸੀਂ ਯੂਰੀਆ ਬਾਹਰੋਂ ਦਿਖਾਓਗੇ ਇਟ ਵਿਲ ਡਾਇਰੈਕਟਲੀ ਕਨਵਰਟ ਟੂ ਮੈਨ ਲਾ ਕਿਡਨੀ ਦੇ ਉੱਤੇ ਇਹਦਾ ਸਿੱਧਾ ਅਸਰ ਪਏਗਾ ਹਾਂ ਇਹ ਲਾਈਫ ਕਟੇਗੀ ਆਮ ਤੌਰ ਤੇ ਅਜ ਤੱਕ ਤਾਂ ਲੋਕ ਆਮ ਤੌਰ ਤੇ ਕਹਿੰਦੇ ਨੇ ਮੇਰੀ ਯੂਰੀਆ ਵਧ ਗਈ ਯੂਰੀਆ ਵਧ ਗਈ ਸੇਵਾ ਤੇ ਯੂਰੀਆ ਯੂਰੀਆ ਤੁਸੀਂ ਹੁਣ ਦੁੱਚ ਪਾ ਗਏ ਅਗਰ ਪੀ ਲੋਗੇ ਅਗਰ ਪਿਆ ਹੋ ਜਾ ਤਾਂ ਹੈਨਾ ਤੇ ਉਹ ਮਾੜਾ ਹੈ ਤੇ ਅਸੀਂ ਕੀ ਮੈਂ ਇੱਥੇ ਕੀ ਕਵਾਂਗਾ ਕਿ ਇਹਨਾਂ ਨੂੰ ਸੈਂਪਲ ਸਾਈਜ਼ ਵਧਾਉਣਾ ਚਾਹੀਦਾ ਤੇ ਕਦੀ ਇਹ ਨਹੀਂ ਹੈ ਕਿ ਇੱਕ ਡਿਸਟ੍ਰਿਕਟ ਪਕੜ ਲਿਆ ਦੋ ਡਿਸਟ੍ਰਿਕਟ ਪਕੜ ਲੇ ਸਾਰੇ ਡਿਸਟ੍ਰਿਕਟ ਹੈ ਪੰਜਾਬ ਦੇ ਸਾਰੇ ਫੜਨ ਜਿਹੜੇ ਪੈਕ ਹੈ ਇਹਨਾਂ ਨੂੰ ਵੀ ਫੜਨ ਜਿਹੜੇ ਅਨਪੈਕ ਹੈ ਇਹਨਾਂ ਨੂੰ ਵੀ ਫੜਨ ਸੋ ਸੋ ਡਾਕਟਰ ਸਾਹਿਬ ਆਪਾਂ ਗੱਲ ਕਰ ਰਹੇ ਸੀਗੇ ਕਿ ਇਹ ਜਿਹੜੀ ਮਿਲਾਵਟ ਹੈ ਉਹ ਤਿਹਾਰਾਂ ਦੇ ਸੀਜ਼ਨ ਚ ਹੀ ਕਿਉਂ ਵੱਧ ਜਾਂਦੀ ਹੈ ਕਿਉਂਕਿ ਇਸ ਟਾਈਮ ਖਪਤ ਵੱਧਦੀ ਹੈ ਖਪਤ ਵੱਧਦੀ ਹੈ ਹੁਣ ਦੇਖੋ ਮੇਰੇ ਸਾਹਬ ਦੇ ਨਾਲ ਤਾਂ ਪੰਜਾਬ ਦਾ ਦੁੱਧ ਇੰਨਾ ਹੈਗਾ ਹੈ ਕਿ ਇਹ ਖਪਤ ਨੂੰ ਸਹਿ ਸਕਦਾ ਹੈ ਸਹਿ ਸਕਦਾ ਹੈ ਲੇਕਿਨ ਲੇਕਿਨ ਹੁਣ ਜਿਹੜੇ ਸ਼ਰਾਤੀ ਤੱਤ ਹੁੰਦੇ ਨੇ ਇਹਦੇ ਵਿੱਚ ਜਲਦੀ ਪੈਸਾ ਕਮਾਉਣ ਵਾਸਤੇ ਦੇਖੋ ਦੁੱਧ ਸਸਤਾ ਤਾਂ ਹੈ ਨਹੀਂ 60 70 80 90 100 ਰੁਪਏ ਕਿਲੋ ਮਿਲਦਾ ਹੈ ਵੈਰਾਈਟੀ ਵੈਰਾਈਟੀਆਂ ਦੇ ਨਾਲ ਡਿਫਰੈਂਟ ਡਿਫਰੈਂਟ ਦੇ ਨਾਲ ਤੇ ਹੁਣ ਜਿਹੜਾ ਇੰਨਾ ਮਹਿੰਗਾ ਦੁੱਧ ਹੈ ਇਹਦੇ ਵਿੱਚ ਸ਼ਰਾਤੀ ਤੱਤ ਆਪਣਾ ਕੰਮ ਕਰ ਸਕਦੇ ਐ ਸੋ ਜਿਹੜਾ ਜਿਹੜਾ ਫੈਟ ਘਟਦੀ ਹੈ ਦੁੱਧ ਚੋਂ ਉਹ ਮਤਲਬ ਪਾਣੀ ਪਾ ਕੇ ਜਾਂ ਫੈਟ ਘਟਾਉਣ ਦੇ ਹੋਰ ਵੀ ਤਰੀਕੇ ਨੇ ਇਹ ਇਹ ਜਿਹੜੀ ਫੈਟ ਬੇਸਿਕਲੀ ਜਿਹੜੀ ਕੱਢਦੀ ਹੈ ਨਾ ਇਹ ਸਾਡੀ ਜਿਹੜੀ ਇਹ ਦੁੱਧ ਚ ਫੈਟ ਕੱਢਦੀ ਹੈ ਇਹ ਸਾਡੀ ਜਿਹੜੀ ਜਿਹੜਾ ਮੱਝ ਹੈ ਜਾਂ ਬਫੈਲੋ ਜਾਂ ਗਾਂ ਹੈ ਉਹਦੀ ਖੁਰਾਕ ਤੇ ਡਿਪੈਂਡ ਕਰਦਾ ਹੈ। ਅੱਛਾ ਤੁਸੀਂ ਮੱਝ ਨੂੰ ਕੁਝ ਖਵਾਓ ਨਾ ਦੁੱਧ ਕੱਢੀ ਚਾਹੁੰਦੇ ਕੀ ਕੱਢੇਗੀ ਉਹਦਾ ਪਾਣੀ ਹੀ ਹੋਊਗਾ। ਬਸ ਫਿਰ ਆ ਚੀਜ਼ ਹੈ। ਤੇ ਤੁਸੀਂ ਜਿਹੜੇ ਪੈਸੇ ਕਿਸ ਚੀਜ਼ ਤੇ ਲੈ ਰਹੇ ਹੋ ਡੰਗਰ ਪਾਲਣ ਦੇ ਨਹੀਂ ਲੈ ਰਹੇ ਹੋ ਤੁਸੀਂ ਡੰਗਰ ਪਾਲ ਕੇ ਉਹਨੂੰ ਖਾਦ ਜਿਹੜੀ ਪਾਣੀ ਹੈ ਜਿਹੜੀ ਵੜੇਵੇਂ ਪਾਣੀ ਹੈ ਜੋ ਵੀ ਤੁਸੀਂ ਪਾਉਂਦੇ ਹੋ ਲਿੱਟੀ ਪਾਉਣੀ ਹੈ ਸਾਰਾ ਕੁਝ ਮੈ ਤਾਂ ਹੁਣ ਪਿੰਡ ਜਿਹਾ ਜਿੱਥਿਆ ਨਹੀਂ ਜੋ ਕੁਝ ਵੀ ਤੁਸੀਂ ਪਾਉਂਦੇ ਹੋ ਤੇ ਇਹ ਚੀਜ਼ਾਂ ਪਾਓਗੇ ਤਾਂ ਐਸਐਨਐਫ ਵੀ ਨਹੀਂ ਘਟੇਗਾ ਤੇ ਆਪਣਾ ਫੈਟ ਵੀ ਨਹੀਂ ਘਟੇਗਾ ਜੀ ਸੋ ਯਾਨੀ ਕਿ ਜਿਹੜੀ ਹੁਣ ਅੰਕੜੇ ਆਏ ਨੇ ਤੇ ਉਹਨਾਂ ਤੋਂ ਜ਼ਿਆਦਾ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ ਕਿ ਦੁੱਧ ਤੁਹਾਨੂੰ ਜ਼ਹਿਰ ਪਿਆਇਆ ਜਾ ਰਿਹਾ ਉਹ ਨਹੀਂ ਤੇ ਅਸੀਂ ਇਹਨਾਂ ਨੂੰ ਬਚਾਵ ਵੀ ਨਹੀਂ ਰਹੇ ਕਿ ਜੇ ਸਾਨੂੰ ਸਬਸਟੈਂਡਰਡ ਦੁੱਧ ਦੇ ਰਹੇ ਨੇ ਨਮੂਨੇ ਫੇਲ ਹੋਏ ਨੇ ਤੇ ਅਸੀਂ ਨਹੀਂ ਬਚਾ ਰਹੇ ਪਰ ਇੱਕ ਡਾਕਟਰ ਸਾਹਿਬ ਨੇ ਜੋ ਦੱਸਿਆ ਕਿ ਇਹਦਾ ਮਤਲਬ ਕੀ ਹੈ ਕਿੰਨਾ ਖਤਰਨਾਕ ਹੈ ਜੇ ਐਡਲਟਰੇਟਡ ਹੁੰਦਾ ਉਹਦਾ ਮਤਲਬ ਅਸੀਂ ਜ਼ਹਿਰ ਖਾ ਰਹੇ ਹਾਂ ਦੇਖੋ ਜਿਹੜਾ ਹੁਣ ਸਬਸਟੈਂਡਰਡ ਹੈ ਤੁਸੀਂ 7 7% ਫੈਟ ਖਾਣ ਤੁਸੀਂ ਪੈਸੇ ਵਰਤੇ ਤੁਹਾਨੂੰ 6.5% ਮਿਲ ਗਿਆ ਮੈਂ ਮੰਨਦਾ ਕਿ ਤੁਸੀਂ ਗਲਤੀ ਕੀਤੀ ਉਸ ਬੰਦੇ ਨੇ ਵੇਚਣ ਵਾਲੇ ਨੇ ਗਲਤੀ ਕੀਤੀ ਹੈ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ ਬਟ ਉਨੇ ਇੰਨੀ ਜਿਆਦਾ ਵੱਡੀ ਗਲਤੀ ਨਹੀਂ ਕੀਤੀ ਮੜਾ ਜਾ ਫੈਟ ਉਹਨੇ ਹੈਰਾ ਫੇਰੀ ਕੀਤੀ ਲੇਕਿਨ ਜਿਹੜਾ ਅਡਲਟ ਰੇਟਡ ਹੈ ਇਹ ਤਾਂ ਛੱਡਣ ਚੀਜ਼ੇ ਬੰਦੇ ਇਹਨੇ ਤਾਂ ਮਤਲਬ ਪਰ ਕੈਂ ਦੀ ਸਜ਼ਾ ਇਹ ਤਾਂ ਨਹੀਂ ਜਾਏਗੀ ਹਾਂ ਕਿਉਂਕਿ ਇਹ ਜੋ ਖਾਏਗਾ ਉਹਨੂੰ ਕੈਂਸਰ ਹੋਏਗਾ ਕਿਡਨੀ ਖਰਾਬ ਹੋਏਗੀ ਹੋ ਤੁਸੀਂ ਸਾਡੀ ਦੁੱਧ ਦੇ ਕੇ ਸਾਡੀ ਸਿਹਤਾਂ ਥੋੜੀ ਖਡੋਗੇ ਤੁਸੀਂ ਹੈਨਾ ਸੋਸ ਡਾਕਟਰ ਸਾਹਿਬ ਜਿਹੜਾ ਦੇਸੀ ਕਿਉ ਦੇ ਨਮੂਨੇ ਫੇਲ ਹੋਏ ਨੇ ਹੁਣ ਦੇਸੀ ਕਿਉ ਜਿਹੜਾ ਬਣਾਇਆ ਜਾਂਦਾ ਖਾ ਆਮ ਤੌਰ ਤੇ ਆਪਾਂ ਸਟਾਰਟਿੰਗ ਚ ਗੱਲ ਕੀਤੀ ਹੈ ਕਿ ਅਸੀਂ ਬੜੇ ਚਾਅ ਨਾਲ ਲੈ ਕੇ ਆਉਨੇ ਆ ਜੀ ਨਵੀਂ ਡੇਰੀ ਖੁੱਲੀ ਹੈ ਉਥੇ ਗਾਂ ਦਾ ਕਿ ਉਹ ਮਗਾ ਦੇ ਦੁੱਧ ਦਾ ਕਿਉਂ ਮਿਲਦਾ ਹੈ ਅੱਜ ਕੱਲ ਗਾਂ ਦੇ ਦੁੱਧ ਦੇ ਕਿਉ ਦਾ ਬੜਾ ਹੀ ਰਿਵਾਜ ਹੈ ਗਾਂ ਦਾ ਦੁੱਧ ਹੀ ਪੀਣਾ ਅਸੀਂ ਸ਼ਹਿਰਾਂ ਦੇ ਵਿੱਚ ਤਾਂ ਆਮ ਤੌਰ ਤੇ ਲੋਕਾਂ ਨੂੰ ਬੜਾ ਹੋਊ ਹੈ ਇਸ ਚੀਜ਼ ਦਾ ਕਿ ਗਾਂ ਦਾ ਦੁੱਧ ਹੀ ਪੀਣਾ ਅਸੀਂ ਮੱਝ ਦਾ ਦੁੱਧ ਨਹੀਂ ਪੀਣਾ ਕਿਉਂਕਿ ਮੱਝ ਦਾ ਸਾਡੇ ਹਜਮ ਨਹੀਂ ਆਉਂਦਾ ਉਹ ਜ਼ਿਆਦਾ ਗਾੜਾ ਹੁੰਦਾ ਆ ਤੇ ਇਹ ਜਿਹੜਾ ਗਾਂ ਦਾ ਕਿਉ ਹੈਗਾ ਆ ਇਹ ਇਹਦੇ ਵੀ ਨਮੂਨੇ ਫਿਰ ਲਏ ਹੋਣਗੇ ਇਹਦੇ ਵਿੱਚ ਕਿਸ ਤਰੀਕ ਮਤਲਬ ਕਿਉ ਵਿੱਚ ਕਿਸ ਤਰੀਕੇ ਦੀ ਮਿਲਾਵਟ ਹੈ ਦੇਖੋ ਹਾਂ ਜਿਹੜਾ ਜਿਹੜਾ ਕਿਉ ਹੈ ਨਾ ਤੁਹਾਨੂੰ ਮੈਂ ਆਪਣੇ ਦਰਸ਼ਕਾਂ ਨੂੰ ਇੱਕ ਚੀਜ਼ ਦੱਸਣਾ ਚਾਹਾਂਗਾ ਕਿਸੇ ਕੰਪਨੀ ਨੇ ਕੱਲ ਮੈਂ ਪੂਰੀ ਰਿਸਰਚ ਕੀਤੀ ਸੀ ਕਿਸੇ ਕੰਪਨੀ ਦਾ ਮਨਾ ਮਿਲਣੇ ਜਿਹੜੇ ਵੱਡੀ ਵੱਡੀ ਕੰਪਨੀਆਂ ਹੈਗੀਆਂ ਬਹੁਤ ਵੱਡੀਆਂ ਕਿਸੇ ਹਾਂ ਮਲਟੀ ਪੂਰੇ ਯਾਨ ਪੂਰੀ ਪੋਲਿਟੀਕਲ ਅਪਰੋਚ ਹਨਾ ਦੀ ਉਹਨਾਂ ਨੂੰ ਕੁਝ ਨਹੀਂ ਹੋ ਸਕਦਾ ਠੀਕ ਹੈ ਪਰ ਕਰਵਾਨ ਵਾਲੇ ਦਾ ਕਰਵਾ ਵੀ ਲੈਂਦੇ ਨੇ ਮੱਥਾ ਟਿਕਾ ਵੀ ਦੱਸੋ ਲੇਕਿਨ ਵੱਡੀ ਵੱਡੀ ਕੰਪਨੀਆਂ ਨੇ ਵੱਡੀ ਵੱਡੀ ਕੰਪਨੀਆਂ ਦੇ ਵਿੱਚ ਲਿਖਿਆ ਹੁੰਦਾ ਹੈ ਕਿ ਗਾਂ ਗਾਂਏ ਦਾ ਸ਼ੁੱਧ ਦੇਸੀ ਘੀ ਤੁਸੀ ਇਹ ਸ਼ੁੱਧ ਨੂੰ ਗਾਂ ਦੇ ਅੱਗੇ ਕਰੋ ਤੁਸੀਂ ਇਹ ਕਿਉਂ ਨਹੀਂ ਲਿਖਦੇ ਕਿ ਸ਼ੁੱਧ ਗਾਏ ਦਾ ਦੇਸੀ ghee ਗਾਏ ਦਾ ਸ਼ੁੱਧ ਦੇਸੀ ghee ਫਰਕ ਕੀ ਹੈ ਦੇਖੋ ਫਰਕ ਦੱਸਾਂ ਕੀ ਹੁੰਦਾ ਹੈ ਹਾਂ ਤਾਂ ਸ਼ੁੱਧ ਗਾਏ ਕਿਹੜੀ ਕਹਿ ਰਹੇ ਹੋ ਤੁਸੀਂ ਹਾਂ ਸ਼ੁੱਧ ਗਾਂ ਜਿਹੜੀਆਂ ਉਹ ਨੇ ਜਿਹੜੀਆਂ ਪੰਜਾਬ 'ਚ ਜਿਹੜੀ ਹਿੰਦੁਸਤਾਨ 'ਚ ਫਸਦੀਆਂ ਨੇ ਦੇਸੀ ਦਾ ਦੇਸੀ ਗਾਂ ਆ ਗੀਰ ਹੋ ਗਈ ਇੱਕ ਸਾਇਵਾਲ ਹੈਗੀ ਹੈ ਹੈਨਾ ਇਹ ਗਾਵਾਂ ਦੇ ਦੁੱਧ ਦੇ ਵਿੱਚ ਇੱਕ ਪ੍ਰੋਟੀਨ ਮਿਲਦਾ ਹੈ ਜਿਹਨੂੰ ਆਪਾਂ A2 ਕਹਿੰਦੇ ਆ ਉਹ ਮੈਂ ਜਦਾਂ ਵੇਰ ਵੇਤ ਨਹੀਂ ਜਾਵਾਂਗਾ ਉਹ ਫਿਰ ਫਾਇਦਾ ਨਹੀਂ ਹੈ ਤੁਸੀਂ ਇਹ ਸਮਝੋ ਕਿ A2 ਪ੍ਰੋਟੀਨ ਮਿਲਦਾ ਹੈ A2 ਐਟ ਸਰਚ ਕਰ ਲਓ ਸਾਰੇ ਜਣੇ ਇਹ ਜਿਹੜੀਆਂ ਦੇਸੀ ਹਿੰਦੁਸਤਾਨ ਦੀਆਂ گاਵਾਂ ਨੇ ਇਹਦੇ ਵਿੱਚ A2 ਮਿਲਦਾ ਹੈ ਜਿਹੜੀਆਂ ਹਾਈਬ੍ਰਿਡ ਆ ਗਈਆਂ ਜਰਸੀ ਹਾਂ ਪ੍ਰੈਟਿਕਾ ਕਹਿੰਦੇ ਆ ਮੈਂ ਤੁਹਾਨੂੰ ਨਾਮ ਲੈ ਦਿੰਦਾ ਜਰਸੀ ਇੱਕ ਨਵੀਂ ਆਈ ਹੈ ਐਚਟੀ ਸਭ ਤੋਂ ਖਤਰਨਾਕ ਹੈ ਐਸਟੀ ਗਾਂ ਐਚਟੀ ਗਾਂ ਹਾਂ ਜਿਆ ਬਾਤ ਅਬ ਇਹ ਦਾ ਮਾਡਰਨ ਨਾਮ ਹੈ ਮਾਡਰਨ ਨਾਮ ਇਹਦਾ ਇੰਗਲਿਸ਼ ਨੇਮ ਤਾਂ ਮੈਨੂੰ ਪੜਿਆ ਹੀ ਜਾਂਦਾ ਸੀ ਬੋਖਾ ਦਾ ਸੀਗਾ ਮੈਂ ਸ਼ਾਰਟਕਟ ਹੀ ਮਾਰਿਆ ਐਚਟੀ ਗਾਂ ਇਹ ਤੁਸੀਂ ਨੈਟ ਸਰਚ ਮਾਰ ਲਓ ਐਚਡੀ ਗਾਂ ਜਿਹੜੀ ਹੈਗੀ ਹੈ ਯੂਰਪ ਦੀ ਹੈ ਅੱਛਾ ਠੀਕ ਹੈ ਜਿਹੜੀ ਜਰਸੀ ਹੈਗੀ ਹੈ ਅਮਰੀਕਨ ਦੀ ਹੈਗੀ ਹੈ ਤੇ ਇਹ ਗਾਵਾਂ ਨੂੰ ਜਿਹੜਾ ਜਿਹੜਾ ਦੁੱਧ ਨਿਕਲਦਾ ਹੈ ਇਹਨਾਂ ਗਾਵਾਂ ਦੇ ਵਿੱਚੋਂ ਦੀ ਉਹਦੇ ਵਿੱਚ ਏ 1 ਪ੍ਰੋਟੀਨ ਮਿਲਦਾ ਹੈ ਹੁਣ ਤੁਹਾਡਾ ਸਵਾਲ ਮਨਾ ਚਾਹੀਦਾ ਹੈ ਕਿ ਐਚ فرق ਕੀ ਹੈ ਇਹ 1 ਤੇ A2 ਜਿਹੜਾ ਦੇਸੀ ਘਾਹ ਚ ਮਿਲਦਾ ਪ੍ਰੋਟੀਨ ਤੇ ਬਲੈਟੀ ਹਾਂ ਹੁਣ ਫਰਕ ਇਹ ਹੈ ਕਿ ਜਿਹੜਾ A2 ਪ੍ਰੋਟੀਨ ਹੈ A2 ਜਿਹੜਾ ਆਪਣੀ ਹਿੰਦੁਸਤਾਨ ਦੀਆਂ ਗਾਵਾਂ ਵਿੱਚ ਜਾਂ ਆਪਣਾ ਇਕੱਠਾ ਵੱਡਾ ਸਾਂਝਾ ਪੰਜਾਬ ਸੀਗਾ ਇਹਦੇ ਵਿੱਚ ਜਿਹੜਾ ਮਿਲਦਾ ਸੀਗਾ A2 ਪ੍ਰੋਟੀਨ ਇਹ ਇਹ ਆਯੁਰਵੈਦਿਕ ਵਿੱਚ ਵੀ ਗਾਂ ਦਾ ਦੇਸੀ ghee ਅੰਮ੍ਰਿਤ ਸਮਾਨ ਮੰਨਿਆ ਗਿਆ ਹੈ ਨਾ ਤਾਂ ਇਹ ਕੋਲਿਸਟੋਲ ਵਧਾਉਂਦਾ ਹੈ ਤੇ ਨਾ ਇਹ ਗਰਾਂਦਾ ਹੈ ਸਾਡੀ ਇਮਿਊਨਿਟੀ ਵਧਾਂਦਾ ਹੈ ਸਾਨੂੰ ਬਿਮਾਰੀਆਂ ਤੋਂ ਬਚਾਂਦਾ ਹੈ ਛੋਟਾ ਬੱਚਾ ਜੇਦੀ ਮਾਂ ਦਾ ਦੁੱਧ ਨਹੀਂ ਨਿਕਲ ਰਿਹਾ ਗਾਂ ਦਾ ਦੁੱਧ ਫਿਲਾਂਦੇ ਸੀ ਹਾਂਲੇ ਵੀ ਫਿਲਾਂਦੇ ਆ ਗਾਂ ਦਾ ਦੁੱਧ ਬਿਲਕੁਲ ਇੱਕ ਇਹ ਵੀ ਮੇਰੇ ਮੰਮੀ ਨੇ ਥੋੜੇ ਦਿਨ ਪਹਿਲਾਂ ਮੈਨੂੰ ਇੱਕ ਸ਼ੀਸ਼ੀ ਚ ਪਾ ਕੇ ਦਿੱਤਾ ਕਹਿੰਦੇ ਗਾਂ ਦਾ ਦੇਸੀ ਕਿ ਉਹ ਦੇਸੀ ਗਾਂ ਦਾ ਦੇਸੀ ਕਿ ਉਹ ਗਿਆ ਕਿ ਉਹਨਾਂ ਨੇ ਕਿ ਇਹ ਨੱਕ ਚ ਪਾਉਣਾ ਹੈਗਾ ਤੇ ਇਹਦੇ ਨਾਲ ਅੱਖਾਂ ਦੀ ਤੁਸੀਂ ਕੁਝ ਵੀ ਕਰ ਲਓ ਅੰਮ੍ਰਿਤ ਹੈ ਇਹ ਅ ਇਹ ਅੰਮ੍ਰਿਤ ਹੈ ਤੇ ਦੇਸੀ ਕਿ ਉਹ ਦੇਖੋ ਮੈਂ ਐਸੇ ਡਾਈਟੀਸ਼ਨ ਮੈਂ ਲੋਕਾਂ ਨੂੰ ਓਵਰਹਾਲ ਜਿਹੜੇ ਬੰਦੇ ਮੋٹے ਹੁੰਦੇ ਨੇ ਅਸੀਂ ਇਹਨਾਂ ਨੂੰ ਅਵੋਇਡ ਕਰਦੇ ਆਂ ਕਹਿੰਦਾ ਕੀ ਖਾਓ ਲੇਕਿਨ ਦੇਸੀ ਘਾਹ ਨੂੰ ਤਾਂ ਮੈਂ ਹਮੇਸ਼ਾ ਕਹਿੰਦਾ ਖਾਓ ਮੋٹے ਵੀ ਖਾਓ ਮੋٹے ਵੀ ਖਾਓ ਇਹ ਕੁਲੀ ਦੇਖੋ ਅਗਰ ਕੋਲੀਸਟਰੋਲ ਤੁਸੀਂ ਬਾਰੋਂ ਦੀ ਨਹੀਂ ਖਾਓਗੇ ਦੇਖੋ ਆਪਾਂ ਸਾਰੇ ਇੱਥੇ ਆਪਣੇ ਖਾਸ ਕਰ ਅੰਮ੍ਰਿਤ ਸ਼ਕਿਆ ਹੋਇਆ ਹੈ ਜਾਂ ਆਪਣੇ ਪੰਡਤ ਹੈਗੇ ਨੇ ਜਿਹੜੇ ਨਹੀਂ ਖਾਂਦੇ ਨੇ ਮੀਟ ਤੇ ਸਾਨੂੰ ਜਿਹੜਾ ਕੋਲੇਸਟ੍ਰੋਲ ਹੈਗਾ ਉਹ ਸਾਨੂੰ ਮਿਲਣਾ ਹੈ ਸਿਰਫ ਤੇ ਸਿਰਫ ਐਨੀਮਲ ਫੈਟ ਤੋਂ ਕੋਲੇਸਟ੍ਰੋਲ ਕਦੀ ਵੀ ਪਲਾਂਟ ਫੈਟ ਤੋਂ ਨਹੀਂ ਮਿਲਦਾ ਕੋਲੇਸਟ੍ਰੋਲ ਕਦੀ ਵੀ ਬਦਾਮ ਤੋਂ ਨਹੀਂ ਮਿਲਦਾ ਬਲੇਖੇਸਣਾ ਪਿਓ ਤੇ ਇੱਕ ਮਾਤਰਾ ਚ ਲੈਣਾ ਵੀ ਜ਼ਰੂਰੀ ਹੈ ਕੋਲੇਸਟ੍ਰੋਲ ਤੁਸੀਂ ਇਹ ਦੇਖਣਾ ਮਾਰਕੀਟ ਤੇ ਵਿੱਚ ਮਿਲਦਾ ਹੈ ਸਰੋਂ ਦਾ ਤੇਲ ਲਿਖਿਆ ਹੁੰਦਾ ਹੈ ਫ੍ਰੀ ਫ੍ਰੋਮ ਕੋਲੇਸਟ੍ਰੋਲ ਅਰੇਕ ਸਰੋਂ ਦੇ ਤੇਲ ਵਿੱਚ ਕੋਲੇਸਟ੍ਰੋਲ ਹੁੰਦਾ ਹੀ ਨਹੀਂ ਹੈ اچھا ਉਹ ਪਲਾਂਟ ਹੈ ਠੀਕ ਹੈ ਨਵੇਂ ਜੀ ਦਸੀ ਨਾ ਤੇ ਜਿਹੜਾ 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 ਐਨੀਮਲ ਦਾ ਪ੍ਰੋਡਕਟ ਹੈ ਜੋ ਉਸੇ ਖਾਣੇ ਹੈ ਜੋ ਆਪਣੇ ਚੈਨਲ ਨਾਲ ਵੀ ਖਾਲਸ ਹੈ ਜੋ ਖਾਲਸ ਹੈਗਾ ਉਹ ਦੁੱਧ ਹੈ ਬਿਲਕੁਲ ਅਸੀਂ ਗਾਂ ਦਾ ਦੁੱਧ ਵੈਜ ਸਮਝ ਕੇ ਖਾਂਦੇ ਹਾਂ ਨਾ ਤੇ ਹੁਣ ਜਿਹੜਾ ਇਹ ਜਿਹੜਾ ਆ ਦੁੱਧ ਹੈਗਾ ਇਹਦੇ ਵਿੱਚੋਂ ਦੀ ਜਿਹੜਾ ਸਾਨੂੰ ਕੋਲੀਸਟਰੋਲ ਮਿਲਦਾ ਹੈ ਅਗਰ ਇਹ ਲਵਾਗੇ ਸਾਡਾ ਆਪਣਾ ਕੋਲੀਸਟਰੋਲ ਕਦੀ ਵੀ ਹਾਈ ਨਹੀਂ ਹੋਏਗਾ ਜੀ ਜੀ ਸੋ ਬਹੁਤ ਵਧੀਆ ਤੇ ਇੱਕ ਇੱਕ ਡਾਕਟਰ ਸਾਹਿਬ ਬੜੀ ਵਧੀਆ ਤੁਸੀਂ ਗੱਲ ਦੱਸੀ ਹੈ ਤੇ ਜਿਵੇਂ ਹੁਣ ਹਰ ਕੋਈ ਉੱਠ ਕੇ ਕਹਿ ਦਿੰਦਾ ਵੀ ਅਸੀਂ ਜੀ ਦੇਸ ਮਤਲਬ ਗਾਂ ਦਾ ਘਿਓ ਹੈ ਜਿਹੜਾ ਉਹ ਵੇਚ ਰਹੇ ਹਾਂ ਪਰ ਜਿਹੜੀਆਂ ਦੇਸੀ ਗਾਵਾਂ ਨੇ ਉਹ ਹੁਣ ਇੰਨੀ ਵੱਡੀ ਗਿਣਤੀ ਵਿੱਚ ਨਹੀਂ ਹੈਗੀਆਂ ਮੁਲਕ ਦੇ ਵਿੱਚ ਤੇ ਜਿਹੜੇ ਵੱਡੇ ਵੱਡੇ ਦਾਅਵੇ ਕਰਦੇ ਨੇ ਕਿ ਅਸੀਂ ਗਾਂ ਦੇ ਦੁੱਧ ਦਾ ਘਿਓ ਵੇਚਦੇ ਹਾਂ ਕੀ ਇਹ ਪੋਸੀਬਲ ਹੈਗਾ ਕਿ ਮਤਲਬ ਤਨਾ ਤਨਾ ਦੇ ਵਿੱਚ ਉਹਨਾਂ ਦਾ ਕਿਉਂ ਵਿਕਦਾ ਹੈ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੇ ਸਟੋਰ ਨੇ ਤੇ ਉਹ ਇਹਨਾਂ ਕਿਉਂ ਪੈਦਾ ਕਰ ਸਕਦੇ ਤੁਸੀਂ ਆਪ ਸਿਆਣੇ ਹੋ ਕਿੰਨੀਆਂ ਗਾਵਾਂ ਹੈਗੀਆਂ ਹਿੰਦੁਸਤਾਨ ਦੇ ਵਿੱਚ ਹੈਨਾ ਜਿਹੜੀਆਂ ਹੈਗੀਆਂ ਵੀ ਨ ਕਿਸ ਸਟੇਟ ਵਿੱਚ ਰਹਿੰਦੀਆਂ ਨੇ ਜਿਹੜੀ ਦੇਸੀ ਗਾਂ ਆ ਬਲੈਤੀ ਗਾਂ ਆ ਹਾਂ ਦੇਸੀ ਗਾਂ ਬਾਹਰ ਛੱਡ ਦਿੰਦੇ ਆ ਲੋਕੀ ਇਸਵੇਰੇ ਫੜ ਲੈਂਦੇ ਆ ਦੁੱਧ ਕੱਢ ਦਿੰਦੇ ਆ ਇਹ ਕਿਉਂ ਨਹੀਂ ਰਿਸਰਚ ਕਰਦੇ ਕਿਉਂ ਨਹੀਂ ਦੇਸੀ ਗਾਂ ਨੂੰ ਇਹ ਪ੍ਰਮੋਟ ਕਰਦੇ ਇਹ ਜਿਹੜੀ ਦੇਸੀ ਗਾਂ ਨੂੰ ਅਗਰ ਪ੍ਰਮੋਟ ਕਰੋਗੇ ਇਹ ਗીર ਨੂੰ ਤੇ ਇਹ ਵੀ ਇਹ ਵੀ ਦਿਨ ਦੇ ਵਿੱਚ 20-20 ਲੀਟਰ ਦੁੱਧ ਦੇ ਦਿੰਦੀ ਹੈ ਅਗਰ ਤੁਸੀਂ ਇਹਨੂੰ ਬਾਹਰ ਛੱਡ ਦੋਗੇ ਖੇਤਾਂ ਦੇ ਵਿੱਚ ਖਾ ਪੀ ਕੇ ਘਰ ਆ ਜਾਏਗੀ ਤੇ ਉਹਨੇ 5 ਲੀਟਰ ਹੀ ਦੇਣਾ ਹੁਣ ਦੇਖੋ ਹੁਣ ਜਿਹੜੀ ਦੇਸੀ ਗਾਂ ਦਾ ਦੁੱਧ ਹੈ ਤੇ ਆਪਾਂ ਮਾਰਕੀਟ ਤੋਂ ਪਿੰਡੋਂ ਲੈ ਲੋ ਤੁਹਾਨੂੰ 100 ਰੁਪਏ ਤੋਂ ਘੱਟ ਨਹੀਂ ਮਿਲਣ ਵਾਲਾ ਕਿਉਂਕਿ ਹਾਂ ਉਹ ਨਹੀਂ ਮਿਲਦਾ ਹੀ ਨਹੀਂ ਆ ਕੱਢਦੀ ਨਹੀਂਗਾ ਤੂੰ ਜਾਂ ਕੱਢੇਗੀ 5 6 ਲੀਟਰ ਤੇ ਕੀ ਕਰੋਗੇ ਤੁਸੀਂ ਇਹਨੂੰ ਅਗਾ ਚੰਗੀ ਖਾਦ ਖਵਾਈ ਹੈ ਤਾਂ ਫਿਰ ਉਹ 15 20 ਲੀਟਰ ਕੱਢ ਸਕਦੀ ਹੈ ਦੇਸੀ ਗਾਂ ਵੀ ਹੁਣ ਜਿਹੜਾ 100 ਰੁਪਏ ਕਿਲੋ ਤੁਸੀਂ ਆਪ ਦੱਸੋ ਦਰਸ਼ਕਾਂ ਨੂੰ ਮੈਨੂੰ 100 ਰੁਪਏ ਕਿਲੋ ਦੁੱਧ ਮਿਲਦਾ ਹੈ ਕੀ ਉਹਦਾ ਦੇਸੀ ਕੀ 600 ਰੁਪਏ ਕਿਲੋ बिक ਸਕਦਾ ਹੈ ਕਿਉਂਕਿ ਆ ਕਿਉਂਕਿ ਮਤਲਬ ਬਿਲਕੁਲ ਜੇ ਆਪਾਂ ਮੰਨ ਲਓ 2 ਕਿਲੋ ਦੁੱਧ ਵੀ ਉਬਾਲਿਆ ਉਹਦੇ ਵਿੱਚੋਂ ਤੜਕੇ ਨੂੰ ਮਲਾਈ ਨਿਕਲੀ ਫਿਰ ਦੂਜੇ ਦਿਨ ਉਬਾਲਿਆ ਤੇ 4-5 ਹਫਤੇ ਦਾ ਇਕੱਠਾ ਕਰਕੇ ਬੀਬੀਆਂ ਦੁੱਧ ਰਿੜਕਦੀਆਂ ਨੇ ਉਹਦੇ ਚੋਂ ਮੱਖਣ ਤੇ ਫਿਰ ਉਹਦੇ ਚੋਂ ਕਿੰਨਾ ਕੁ ਘਿਓ ਨਿਕਲਦਾ ਤੇ ਜਿਹੜੀ ਜਿਹੜੀ A2 ਗਾਂ ਹੈ ਨਾ ਆਪਣੀ ਇੰਡੀਆ ਦੀ ਉਹਦੇ ਵਿੱਚ A2 ਦੇ ਵਿੱਚ ਪ੍ਰੋਟੀਨ ਜ਼ਿਆਦਾ ਹੈ ਫੈਟ ਘੱਟ ਹੈ ਅੱਛਾ ਪ੍ਰੋਟੀਨ ਜ਼ਿਆਦਾ ਹੈ ਫੈਟ ਘੱਟ ਹੈ ਮਤਲਬ ਇਹ ਇਹ ਉਹਦੇ ਚ A2 A2 ਜਿਹੜੀ ਇੰਡੀਆ ਦੀ ਹੈਗੀ ਹੈ ਉਹਦੇ ਵਿੱਚ ਪ੍ਰੋਟੀਨ ਜ਼ਿਆਦਾ ਹੈ ਸੈਟ ਕਾਟਾ ਹੈ ਤਾਂ ਹੀ ਬਚਨ ਦਿੰਦੇ ਨਾ ਅੱਛਾ ਇੱਕ ਚੀਜ਼ ਮੈਂ ਹੋਰ ਦੱਸਦਾ ਅਸਲ ਸਭ ਹਾਂ ਇੱਕ ਚੀਜ਼ ਤਾਂ ਮੈਂ ਹੋਰ ਦੱਸਦਾ ਮੇਰੀ ਵਾਈਫ ਪੀ ਐਚ ਡੀ ਆਰਗੈਨਿਕ ਕੈਮਿਸਟਰੀ ਦੀ ਹੈ ਤੇ ਉਹਨੇ ਮੈਨੂੰ ਇਹ ਗੱਲ ਦੱਸੀ ਕੱਲ ਕਹਿੰਦੀ ਕਿ ਜਿਹੜਾ ਏ 2 ਦੁੱਧ ਹੈ ਨਾ ਦੇਸੀ ਆਪਣੀ ਇੰਡੀਆ ਵਾਲੀ ਗਾਂ ਦਾ ਇਹ ਵਾਲਾ ਦੁੱਧ ਤੇ ਮਾਂ ਦੇ ਦੁੱਧ ਦੇ ਵਿੱਚ ਬਹੁਤ ਤਾਲਮੇਲ ਹੈ ਅੱਛਾ ਬਹੁਤ ਆਲ ਮੇਲ ਹੈ ਕਈ ਛੋਟੇ ਬੱਚੇ ਨੂੰ ਦੇਸੀ ਗਾਂ ਦਾ ਦੁੱਧ ਪਿਆਉਂਦੇ ਹਾਂ ਹਾਂ ਬਹੁਤ ਆਲ ਮੇਲ ਹੈ ਇਹ ਜਿਹੜੇ ਇੰਗਰੀਡੀਅੰਟਸ ਹੈਗੇ ਨੇ ਜਿਹੜੇ ਮਾਂ ਦੇ ਦੁੱਧੋਂ ਨਿਕਲਦੇ ਨੇ ਤੇ ਦੇਸੀ ਜਿਹੜੀ ਇੰਡੀਆ ਦੀ ਗੀਰੀਆਂ ਸਹਿਵਾਲ ਗਾਂ ਹੈਗੀ ਹੈ ਇਹਦੇ ਨਾਲ ਬਹੁਤ ਮਿਲਦਾ ਹੈ ਤਾਂ ਹੀ ਛੋਟੇ ਬੱਚਾ ਨੂੰ ਅਸੀਂ ਗਾਣਾ ਦੁੱਧ ਦਿੰਦੇ ਅਸੀਂ ਕਦੇ ਮੱਧ ਦੁੱਧ ਤਰ ਨਹੀਂ ਹਦੀ ਅਸੀਂ ਮੱਧ ਦੇ ਵਿੱਚ ਕੀ ਹੁੰਦਾ ਉਲਟ ਉਲਟ ਹੁੰਦਾ ਉਹ ਜਿਹੜਾ ਪ੍ਰੋਟੀਨ ਕੱਢਦੇ ਫੈਟ ਜਿਆਦਾ ਹੁੰਦੀ ਹੈ ਇਹ ਜਿਹੜੀ ਇਹ 1 ਜਿਹੜੀ ਹੈਗੀ ਹੈ ਨਾ ਜਿਹੜੀ ਮੱਝ ਬਾਹਰ ਦੀ ਹੈਗਾ ਹੈ ਜਿਹੜਾ ਹਾਈਬ੍ਰਿਡ ਲੱਗ ਰਹੀ ਹੈ ਇਹਦੇ ਵਿੱਚ ਕਿਸਾਨਾਂ ਨੇ ਤਾਂ ਦੇਖੋ ਆਪਣੇ ਫਾਇਦੇ ਲਈ ਤਾਂ ਇਹਨੂੰ ਬੁਲਾ ਲਿਆ ਹਮਮ ਠੀਕ ਹੈ ਇਹ ਕੱਢਦੀ ਹੈ ਰੋਜ਼ ਦਾ 25 30 40 ਲੀਟਰ ਦੁੱਧ ਠੀਕ ਹੈ ਕੁਝ ਨਹੀਂ ਹੈ ਕਰਾਵ ਨਹੀਂ ਹੈ ਲੇਕਿਨ ਤੁਸੀਂ ਇਹ ਮੰਨ ਲਓ ਕਿ ਜਿਹੜਾ A1 ਜਿਹੜਾ ਪ੍ਰੋਟੀਨ ਹੈਗਾ ਨਾ ਇਹਦੇ ਵਿੱਚ ਪ੍ਰੋਟੀਨ ਕਟ ਹੈ ਫੈਟ ਜ਼ਿਆਦਾ ਹੈ ਉਲਟ ਹਮਮ دوسری ਗਾਂ ਦਾ ਜਿਆਦਾ ਫੈਟ ਜ਼ਿਆਦਾ ਹੋ ਗਿਆ ਦੇਸੀ ਕਿਉਂ ਜ਼ਿਆਦਾ ਨਿਕਲੇਗਾ ਹਾਂ ਇਸ ਕਰਕੇ ਜਿਹੜੀ ਗਾਂ ਦਾ ਤੁਸੀਂ ਦੇਸੀ ਕਿਉਂ ਖਾਂਦੇ ਹੋ ਇਹ ਸਮਝ ਲਓ ਸਿੱਧੀ ਸਿੱਧੀ ਭਾਸ਼ਾ ਵਿੱਚ ਮੈਂ ਬੋਲ ਰਿਹਾ ਇਹ 100% ਇਹ A1 ਗਾਂ ਦਾ ਹੈਗਾ ਜਿੰਨੂ ਕਿ ਅਸੀਂ ਬਲੈਤੀ ਗਾਂ ਕਹਿੰਦੇ ਹਾਂ ਬਿਲਕੁਲ ਬਿਲਕੁਲ ਇਹ ਤਾਂ ਸਿੱਧ ਹੋ ਗਿਆ ਸੋ ਡਾਕਟਰ ਸਾਹਿਬ ਹੁਣ ਜਿਹੜਾ ਘਿਓ ਹੈ ਘਿਓ ਖਾਣ ਤੋਂ ਮੇਰੇ ਵਰਗੇ ਤਾਂ ਨਹੀਂ ਰਹਿ ਸਕਦੇ ਹੈਗੇ ਖਾਣ ਤੋਂ ਮਨਾ ਭਾਵੇਂ ਜਿੰਨਾ ਮਰਜ਼ੀ ਡਾਕਟਰ ਕਹੀ ਜਾਣ ਕਿ ਘਿਓ ਨਹੀਂ ਖਾਣਾ ਅਸੀਂ ਸਬਜੀ ਦਾਲ ਮਤਲਬ ਇੱਕ ਚਮਚ ਘਿਓ ਤੋਂ ਬਿਨਾ ਨਹੀਂ ਖਾ ਸਕਦੇ ਹੈਗੇ ਮੇਰੇ ਵਰਗੇ ਬਹੁਤ ਸਾਰੇ ਹੋਰ ਲੋਕ ਵੀ ਹੋਣਗੇ ਸੋ ਕੀ ਕਰਨ ਫਿਰ ਨਾ ਤਾਂ ਕੋਈ ਹਰ ਕੋਈ ਦੇਸੀ ਗਾਂ ਕਰੇ ਰੱਖ ਸਕਦਾ ਤੁਸੀਂ ਸ਼ਹਿਰ ਚ ਰਹਿੰਦੇ ਹੋ ਤੁਸੀਂ ਵੀ ਰੱਖ ਲਗਦੇ ਫਿਰ ਤੁਸੀਂ ਕੀ ਕਰਦੇ ਹੋ ਕੀ ਤਰੀਕਾ ਦੱਸੋਗੇ ਲੋਕਾਂ ਨੂੰ ਕਿ ਪਛਾਣ ਕਿਵੇਂ ਕਰਨੀ ਹੈ ਸਹੀ ਕਿਉਂ ਮੈਂ ਮੈਂ ਜੋ ਕਰਦਾ ਨਾ ਮੈਂ ਸਿਰਫ ਮਲਾਈ ਤੇ ਮੱਖਣ टाक ਰਿਹਾ ਹਾਂ ਅੱਛਾ ਕਿ ਉਹ ਵੱਲ ਜਾਂਦੇ ਨਹੀਂ ਮੱਖਣ ਤੋਂ ਕਿਉਂ ਨਹੀਂ ਬਣਾਉਂਦੇ ਯਾ ਠੀਕ ਹੈ ਦੇਖੋ ਮੈਂ ਉਹਨਾਂ ਐਸੇ ਨਿਊਟ੍ਰੀਸ਼ੀਅਸ ਬਣਾ ਰਹੇ ਹਾਂ ਜਦ ਮੱਖਣ ਨੂੰ ਅੱਧਾ ਪੌਣਾ ਘੰਟਾ ਸਾੜਾਂਗੇ ਨਾ ਸਾੜਾਂਗੇ ਨਾ ਤਾਂ ਇਹ ਦਸਿਕੋ ਬਣੇਗਾ ਬਿਲਕੁਲ ਤੇ ਦੇਸੀ ਕਿਉਂ ਅਸੀਂ ਸੜਿਆ ਹੋਇਆ ਕਿਉਂ ਖਾਣਾ ਹੈ ਅਸੀਂ ਮੱਖਣ ਕਿਰਣਾ ਖਾ ਲਈਏ ਹੁਣ ਮੈਂ ਇੱਥੇ ਇਸ ਦੇਵਦਾਦੀ ਗੱਲ ਕਰਦਾ ਹਾਂ ਕ੍ਰਿਸ਼ਨ ਜੀ ਨੇ ਦੇਖੋ ਪੂਰੀ ਜ਼ਿੰਦਗੀ ਮੱਖਣ ਹੀ ਖਾਇਆ ਸੀ ਹੈਨਾ ਤੇ ਮੈਂ ਉਹ ਗੱਲ ਵੀ ਨਹੀਂ ਕਰ ਰਿਹਾ ਮੈਂ ਕਹਿਣ ਦਾ ਮਤਲਬ ਹੈ ਕਿ ਦੇਸੀ ਕਿਉਂ ਟਿਲ 20 ইয়ার্স ਬੱਚੇ ਵਾਸਤੇ ਬਹੁਤ ਬੈਸਟ ਹੈ ਠੀਕ ਹੈ ਇਹ ਸੋਰਸ ਆਫ એનર્ਜੀ ਬਹੁਤ ਹੈ ਅਗਰ 20 ਸਾਲ ਤੇ ਉੱਪਰ ਅਸੀਂ ਆ ਗਏ ਆ ਤੇ ਅਸੀਂ ਅਗਰ ਚੋਪੜ ਲਿਆ ਮਾੜਾ ਮੋਟਾ ਹੈਨਾ ਮਾੜਾ ਮੋਟਾ ਪਾ ਲੈ ਕੋਈ ਚੱਕਰ ਨਹੀਂ ਤੇ ਇਸੇ ਵੱਖਰਾ ਹੁੰਦਾ ਕਿਉਂ ਹਾਂ ਲੇਕਿਨ ਜ਼ਿਆਦਾ ਨਹੀਂ ਖਾਣਾ ਕਿਉਂਕਿ ਇਟ ਵਿਲ ਇਨਕਰੀਸ ਯੋਰ ఎవਰੀਥਿੰਗ ਫੈਟ ਪਰਸੈਂਟੇਜ ਇਹਦੀ ਕੈਲਰੀਜ਼ ਹੁੰਦੀ ਹੈ ਨਾ ਹਾਂ ਮਤਲਬ ਵੀ ਆਮ ਦਾ ਯਾਨੀ ਕਿ ਬਹੁਤ ਜ਼ਿਆਦਾ ਨਹੀਂ ਖਾਣਾ ਦੇਖੋ ਨਾ ਫੈਟ ਕਿੰਨਾ ਚਾ ਤਾਂ ਡੇਲੀ ਖਾ ਸਕਦੇ ਫੈਟ ਦੇ 1 ਗ੍ਰਾਮ ਦੇ ਵਿੱਚ 9 ਕੈਲਰੀਆਂ ਨੇ ਹੁਣ ਤੁਸੀਂ 1 ਲੀਟਰ ਦੁੱਧ ਮੈਂ ਪੀਂਦਾ ਸੀਗਾ ਪਿੱਛੇ ਜੇ ਮੈਂ weight gain ਕਰਨਾ ਸੀਗਾ ਥੋੜਾ ਜਿਹਾ ਕੁਝ ਸੀਗਾ ਰੋਲ ਤੇ 1 ਲੀਟਰ ਦੁੱਧ ਦੇ ਵਿੱਚ 900 ਕੈਲਰੀਆਂ ਨੇ 900 ਕੈਲਿਸ ਹੋ 900 ਕੈਲਰੀਆਂ ਪੀ ਕੇ ਤੇ ਮੈਂ 1200 ਕੈਲਰੀਆਂ ਜਿਮਸ ਜਾ ਕੇ ਬਰਨ ਕਰਦਾ ਸੀ ਹੂੰ ਫੇਰ ਜਿਹੜੀ ਬਾਡੀ ਬਣਦੀ ਹੈ ਨਾ ਮਤਲਬ ਕਹਿੰਦਾ ਮਤਲਬ ਹੈ ਦੇਸੀ ਕਿਉਂ ਖਾਣਾ ਹੈ ਤਾਂ ਖਾਓ ਵਰਜਿਸ਼ ਵੀ ਹੁੰਦੀ ਕਰੋ ਵਰਜਿਸ਼ ਵੀ ਕਰੋ ਬਿਲਕੁਲ ਬਿਲਕੁਲ ਇਹ ਨਹੀਂ ਕਰਦਾ ਕਿ ਦੇਸੀ ਖਾ ਕੇ ਐ ਬੈਠੇ ਹੋ ਤੇ ਫਿਰ ਉਹ ਟੱਡ ਬਾਰਾ ਦੇਣਾ ਕਿਉਂ ਖਾ ਕੇ ਬੈਸ ਨਹੀਂ ਕਰਨੀ ਵਰਜਿਸ਼ ਕਰਨੀ ਆ ਬੈਸ ਨਹੀਂ ਕਰਨੀ ਬੈਸ ਨਹੀਂ ਵਰਜਿਸ਼ ਕਰੋ ਸੋ ਡਾਕਟਰ ਸਾਹਿਬ ਤੁਸੀਂ ਇੱਕ ਥੋੜਾ ਜਿਹਾ ਸਵਾਲ ਤੁਸੀਂ ਕਿਹਾ ਵੀ ਸਾੜ ਕੇ ਕਿਉਂ ਖਾਣਾ ਹੈ ਮਤਲਬ ਉਹਦਾ ਕੋਈ ਨੁਕਸਾਨ ਹੈ ਦੇਖੋ ਉਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀ ਕੈਮੀਕਲ ਹੈ ਨਾ ਦੇਖੋ ਕੈਮੀਕਲ ਹੈ ਕਿਸੇ ਵੀ ਚੀਜ਼ ਦਾ ਜਿਸ ਨਾਲ ਆਪਣਾ ਸਰੋਨਾ ਤੇਲ ਹੈ ਅਸੀਂ ਕਹਿੰਦੇ ਨਾ ਕੱਚੀ ਖਾਨੀ ਦਾ ਹੈ ਹਾਂ ਕੋਲਡ ਪ੍ਰੈਸ ਕਹ ਦਿੰਦੇ ਆ ਕਾਨੀ ਕੜਾਈ ਇੰਡੀਆ ਦੇ ਵਿੱਚ ਰਿਫਾਈਨਡ ਕਿਉਂ ਬਿਕਦਾ ਹੈ ਰਿਫਾਈਨਡ ਕਿਉਂ ਬਿਕਦਾ ਸਸਤਾ ਪੈਂਦਾ ਹੈ ਇਨਾ ਨੁਕਸਾਨ ਹੈ ਰਿਫਾਈਨਡ ਆਇਲ ਦਾ ਭਾਜੀ ਹੱਥ ਜੋੜਨਾ ਜਿਹੜੇ ਜਿਹੜੇ ਰਿਫਾਈਨਡ ਖਾਂਦੇ ਨੇ ਨਾ ਨਾ ਖਾਓ ਕਿਸੇ ਵੀ ਕਿਸੇ ਵੀ ਦੇਲ ਦਾ ਕੋਲਡ ਪ੍ਰੈਸ ਖਾਓ ਜਿਹੜੇ ਮੁਝੇ ਲਿਖਿਆ ਵੀ ਰਿਫਾਈਨ ਹੈ ਉਹ ਕਿਉਂ ਖਾਣੀ ਕਿਉਂ ਖਾਣਾ ਹੈ ਨਾ ਕੋਈ ਵੀ ਚੀਜ਼ ਉਹਨੂੰ ਨਾ 200 ਡਿਗਰੀ ਨਰਤੇ ਪਣਾ ਕਿਸੇ ਵੀ ਤੇਲ ਨੂੰ 200 ਡਿਗਰੀ 2 ਘੰਟੇ ਸਾੜ ਕੇ ਉਹ ਪਾਣੀ ਬਣ ਜਾਂਦਾ ਹੈ ਉਹਦੇ ਵਿੱਚ ਪਰਫਿਊਮ ਪੈਂਦੀ ਹੈ ਉਹਦੇ ਵਿੱਚ ਉਹਦਾ ਟੇਸਟ ਕਲਰ ਪੈਂਦਾ ਹੈ ਬੜਾ ਕੁਝ ਪਾਉਂਦੇ ਨੇ ਤੁਸੀਂ ਇਹੋ ਜਿਹਾ ਤੇਲ ਨਾ ਖਾਓ ਸਿੰਪਲ ਕੋਲਡ ਪ੍ਰੈਸ ਸਭ ਤੋਂ ਵਧੀਆ ਸਰੋਂ ਦਾ ਤੇਲ ਸਰੋਂ ਦਾ ਤੇਲ ਤੇ ਦੇਸੀ ਘਿਓ ਜੇ ਤੜਕਾ ਲਾ ਆ ਦੋ ਚੀਜ਼ਾਂ ਨੇ ਬਿਲਕੁਲ ਦੋ ਚੀਜ਼ਾਂ ਤੁਸੀਂ ਕਰੋ ਕੁਝ ਨਹੀਂ ਹੁੰਦਾ ਬਿਲਕੁਲ ਸੋ ਡਾਕਟਰ ਸਾਹਿਬ ਹੁਣ ਆਪਾਂ ਆਖਰੀ ਸਵਾਲ ਤੇ ਆ ਜਾਈਏ ਕਿ ਮਿਲਾਵਟ ਵਾਲਾ ਕਿਉ ਮਿਲਾਵਟ ਵਾਲਾ ਦੁੱਧ ਪੀਣ ਨਾਲ ਜਾਂ ਮਿਲਾਵਟ ਵਾਲਾ ਖੋਆ ਖਾਣ ਨਾਲ ਇਨਸਾਨ ਦੇ ਸਰੀਰ ਚ ਕੀ ਹੋ ਜਾਂਦਾ ਜੇ ਅਸੀਂ ਲਗਾਤਾਰ ਖਾਣੇ ਆ ਮੰਨ ਲਓ 1 ਮਹੀਨਾ ਜਾਂ 1 ਸਾਲ ਦੇਖੋ ਮਲਾਵਟ ਵਾਲੀ ਚੀਜ਼ ਜੇ ਹਮਲਾਵਟ ਤੁਸੀਂ ਬੋਲਦਾ ਨਾ ਮਲਾਵਟ ਕਿਸ ਚੀਜ਼ ਦੀ ਪੈਂਦੀ ਹੈ ਖੋਏ ਦੇ ਵਿੱਚ ਸਟਾਰਚ ਦੀ ਇਹਨੂੰ ਆਪਾਂ ਪੰਜਾਬੀ ਚ ਬੋਲੀਏ ਤਾਂ ਅਰਾ ਰੋਟ ਅਰਾ ਰੋਟ ਜਿਹੜਾ ਸੂਪ ਚ ਪਾਵਾ ਪੀਨੇ ਹੋ ਤੁਸੀਂ ਅਰਾ ਰੋਡ ਚ ਫਾਈਬਰ ਨਹੀਂ ਹੁੰਦਾ ਜਿਹੜੀ ਚੀਜ਼ ਫਾਈਬਰ ਨਹੀਂ ਹੈਗਾ ਨਹੀਂ ਖਾਣੀ ਤੁਹਾਡੀ ਆਂਤੜਾਂ ਚ ਜਾ ਕੇ ਚਿਪਕ ਜਾਣਾ ਇਹਨੇ ਤੁਸੀਂ ਕਹੋਗੇ ਮੇਰਾ ਪੇਟ ਸਾਫ ਹੋ ਗਿਆ ਪਰ ਪੇਟ ਸਾਫ ਨਹੀਂ ਹੋਇਆ ਦੁਬਾਰੇ ਫਿਰ ਜਾਓਗੇ ਤੇ ਅਰਾ ਰੋਟ ਜਿਹੜੀ ਵਾਲੀ ਚੀਜ਼ਾਂ ਨੇ ਇਹ ਅਗਰ ਕਿਸੇ ਚੀਜ਼ ਪਈ ਹੋਈ ਹੈ ਇਹ ਖਾਸ ਕਰ ਖੋਏ ਚੀ ਪੈਂਦੀ ਹੈ ਮੇਰੇ ਸਾਮ ਨਾਲ ਅਰਾ ਰੋਟ ਉਹਦੇ ਚ ਦੁੱਧੁੱਸ ਨਹੀਂ ਪੈਂਦੀ ਦੁੱਧ ਵਿੱਚ ਤਾਂ ਇਹ ਕੁਝ ਹੋਰ ਹੀ ਮਿਲਕ ਪਾਊਡਰ ਜਾਂ ਇਹ ਆਪਣਾ ਉਹ ਯੂਰੀਆ ਟਾਈਪ ਆਉਂਦੇ ਨੇ ਕਿਉਂਕਿ ਉਹਦੀ ਡੈਂਸਿਟੀ ਵੱਧ ਜਾਂਦੀ ਹੈ ਅੱਛਾ ਯੂਰੀਆ ਪਾ ਕੇ ਨਾ ਦੁੱਧ ਦੀ ਲੱਕੀ ਸੰਘਣਾ ਹੋ ਜਾਂਦਾ ਹੈ ਸੰਘਣਾ ਹੋ ਜਾਂਦਾ ਹੈ ਇਹ ਇਹ ਜਿਹੜੇ ਅੰਕੜੇ ਆ ਡਾਕਟਰ ਸਾਹਿਬ ਇਹਨਾਂ ਦੇ ਵਿੱਚ ਆਇਆ ਕਿ ਇਹਨਾਂ ਨੇ ਰਿਫਾਈਨਡ ਵੀ ਪਾਇਆ ਰਿਫਾਈਨਡ ਰਿਫਾਈਨਡ ਵਾਲੀ ਪੈਂਦਾ ਹੈ ਦੇਖੋ ਅਡਲਟੇਸ਼ਨ ਦੇ ਵਿੱਚ ਇਹ ਰਿਫਾਈਨਡ ਆਇਲ ਵੀ ਪੈਂਦਾ ਹੈ ਜਿਹੜਾ ਅਡਲਟੇਟਡ ਹੈ ਜਿਹੜਾ ਖਰਾਬ ਹੈ ਉਹਦੇ ਵਿੱਚ ਕਈ ਵਾਰੀ ਚੀਨੀ ਵੀ ਪਾਉਂਦੇ ਆ ਉਹਦੇ ਵਿੱਚ ਕਈ ਵਾਰੀ ਇਹ ਐਕਸਟਰਾ ਵਿਟਾਮਿਨਸ ਵੀ ਪਾ ਦਿੰਦੇ ਆ ਤਾਂ ਕਿ ਉਹ ਵਿਟਾਮਿਨਸ ਲੋਟਾ ਨਕਲੀ ਹੈ ਬਿਲਕੁਲ ਉਹ ਵਿਟਾਮਿਨਸ ਵੀ ਚੈੱਕ ਕਰੇਗਾ ਨਾ ਥੋੜਾ ਐਡਾ ਐਫਐਸਸੀ ਵਾਲਾ ਇਦੋਂ ਮੈਂ ਦਵਾਂਗਾ ਇਹ ਤੁਸੀਂ ਇਹ ਲਗਾਣਾ ਸਕਰੀਨਸ਼ਾਟ ਤੇ ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਸਭ ਕਰਨ ਵਾਸਤੇ ਇੱਕ ਇਹਰਾਫੇਰੀਆਂ ਦਾ ਕਰਦੇ ਨੇ ਇਹ ਕਰਕੇ ਅਸੀਂ ਆਪਣੀ ਜ਼ਿੰਦਗੀ ਬਹੁਤ ਘਟਾਵਾਂਗੇ ਤੇ ਨਾਕਸੂਤੀ ਗੰਦੀ ਬਿਮਾਰੀ ਲੱਗਦੀ ਹੈ ਜਿਹਦਾ ਮੈਂ ਨਾਮ ਵੀ ਨਹੀਂ ਲੈਣਾ ਤੇ ਉਹ ਚੀਜ਼ਾਂ ਤੋਂ ਬਚਣ ਵਾਸਤੇ ਅਡਲਟਰੇਸ਼ਨ ਕਿਸੇ ਵੀ ਚੀਜ਼ ਦੇ ਵਿੱਚ ਇਹ ਬਚਣ ਚਾਹੀਦੀ ਹੈ ਬਾਕੀ ਆਪਣਾ ਪੰਜਾਬ ਸੂਬੇ ਦਾ ਇਕਨੋਮੀ ਦੁੱਧ ਤੇ ਟਿਕੀ ਹੈ ਮੈਂ ਕਿਸਾਨਾਂ ਦੇ ਨਾਲ ਖੜਾ ਮੈਂ ਉਹ ਕਿਸਾਨਾਂ ਦੇ ਨਾਲ ਖੜਾ ਜਿਹੜੇ ਸਹੀ ਕੰਮ ਕਰਦੇ ਨੇ ਜਿਹੜੇ ਵਿੱਚ ਹੈਗੇ ਨੇ ਜਿਹੜੇ ਥੋੜੇ ਬਹੁਤ ਗਲਤ ਕਰਦੇ ਨੇ ਉਹ ਭਾਜੀ ਨਾ ਕਰੋ ਜ਼ਿੰਦਗੀ ਨਾਲ ਨਾ ਖੇਲੋ ਓਵਰਹਾਲ ਪੰਜਾਬ ਦੇ ਵਿੱਚ ਦੇਖੋ ਇਕਨੋਮੀ ਦੁੱਧ ਤੇ ਹੈ ਕਰਨਕ ਨਜੀਰੀ ਇਸੇ ਬੱਠੀ ਹੈ ਉਹ ਤਿੰਨ ਚੀਜ਼ਾਂ ਦੇ ਤਾ ਲੱਗ ਜਾਂਦੀ ਸਾਡੀ ਹੁਣ ਇਹ ਇਹ ਹੁਣ ਆ ਗਈ ਗਵਰਨਮੈਂਟ ਦੀ ਏਜੰਸੀ ਦੀ ਰਿਪੋਰਟਾਂ ਆਈਆਂ ਲੋਕਾਂ ਨੇ ਕਹਿਣਾ ਮਠਾਈ ਕੀ ਖਾਣੀ ਹੈ ਆਪਾਂ ਚਲੋ ਕੁਝ ਹੋਰ ਭਾਂਡੇ-ਫੁੰਡੇ ਦੇ ਦਿੰਨੇ ਆ ਗਿਫਟ ਦੀਵਾਲੀ ਗਿਫਟ ਉਹ ਫੇਕ ਚਾਕਲੇਟ ਦੇ ਦਿੰਨੇ ਆ ਹੈਨਾ ਉਹ ਵੀ ਜੰਕ ਫੂਡ ਹੈ ਤੇ ਬੇਸਿਕਲੀ ਨਾ ਮਤਲਬ ਮੈਂ ਦੋਨੋਂ ਬਸੇ ਚੱਲ ਰਹੇ ਹਾਂ ਦੂਜਾ ਪਹਿਲੂ ਵੀ ਹੈ ਦਾ ਕਿ ਇਹ ਪੰਜਾਬ ਦੇ ਦੁੱਧ ਦੀ ਖਪਤ ਨੂੰ ਘਟਾਉਣ ਵਾਸਤੇ ਵੱਡੀ ਏਜੰਸੀਆਂ ਕੁਝ ਕਰ ਸਕਦੀਆਂ ਮੈਂ ਕੁਝ ਕਹਿੰਦਾ ਇਹ ਮੇਰਾ ਸ਼ੱਕ ਹੈ ਸੰਕੇਤ ਉਧਰ ਨੂੰ ਹੀ ਜਾਂਦਾ ਕਿ ਜਦੋਂ ਲੋਕਾਂ ਦਾ ਝੁਕਾਓ ਉਧਰ ਹੋ ਗਿਆ ਚਾਕਲੇਟਾਂ ਵੱਲੋਂ ਉਹ ਦੂਸਰੀਆਂ ਇਹ ਸਾਰਾ ਇੰਡਸਟਰੀ ਦੀ ਗੇਮ ਹੈ ਮਾਰਕੀਟ ਦੀ ਗੇਮ ਹੈ ਹਾਂ ਮਾਰਕੀਟਿੰਗ ਦੀ ਗੇਮ ਹੈ ਇਹ ਵਾਲੀ ਚੀਜ਼ ਤੁਸੀਂ ਅਗਰ ਕੱਢਦੇ ਫਰਵਰੀ ਦੇ ਮਹੀਨੇ ਮਾਰਚ ਦੇ ਮਹੀਨੇ ਮੈਂ ਗਵਰਨਮੈਂਟ ਦੇ ਨਾਲ ਸੀ ਇਹ ਤੁਸੀਂ ਹੁਣ ਕੱਢੀ ਹੈ ਤੇ ਹੁਣ ਲੋਕਾਂ ਨੇ ਲੈਣੀਆਂ ਮਠਾਈਆਂ ਉਹ ਲੋਕਾਂ ਨੇ ਦੁਆਲੀ ਆ ਰਹੀ ਹੈ ਚੱਕ ਦਿੰਦੇ ਫਟੇ ਹੈ ਨਾ ਬਿਲਕੁਲ ਇਸ ਜਾਰੀਆ ਬਹੁਤ ਹੁੰਦੀ ਹੈ ਪਰ ਫਿਰ ਵੀ ਬਹੁਤ ਲੋਕ ਲੈ ਹੀ ਲੈਂਦੇ ਨੇ ਹਾਂ ਲੈ ਲੈਂਦੇ ਨੇ ਪਰ ਦੇਖੋ ਪੰਜਾਬੀ ਚੱਲਦਾ ਆਪਣਾ ਬਹੁਤ ਅੱਛਾ ਆਪਣਾ ਸਟੋਰੀਆਂ ਹੈਗੇ ਆ ਬਹੁਤ ਇਤਿਹਾਸ ਰੀ ਅੱਛੀ ਹੈਗੀ ਹੈ ਅਸੀਂ ਨਹੀਂ ਮਾਰ ਖਾਣਾ ਪਰ ਜਿਹੜੇ ਬੰਦੇ ਵਿਚਕਾਰ ਹੈਗੇ ਨੇ ਮੈਂ ਉਹਨਾਂ ਹਜੜ ਕੇ ਇਹੀ ਕਰਾਂਗਾ ਕਿ ਭਾਜੀ ਇਹ ਕੰਮ ਨਾ ਕਰੋ ਬਾਕੀ ਜਿਹੜਾ 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 ਸੇਫ ਤੋਂ ਤੁਸੀਂ ਜਿਹੜਾ ਫਾਇਡ ਥੋੜਾ ਬਹੁਤ ਘਟ ਗਿਆ ਉਹ ਵੀ ਨਾ ਕਰਨ ਇਹ ਪਰ ਕਹਿੰਦਾ ਰੇਟ ਬਤਾਓ ਹੋਣ ਲੋਕੀ ਦੁੱਧੀਆਂ ਤੋਂ ਦੁੱਧ ਕਿਉਂ ਲੈਂਦੇ ਨੇ ਜ਼ਿਆਦਾ ਰੇਟ ਘੱਟ ਹੁੰਦਾ ਹੈ ਰੇਟ ਘੱਟ ਹੁੰਦਾ ਹੈ ਹੁਣ ਪਨੀਰ ਦੀ ਗੱਲ ਮੈਂ ਤੁਹਾਨੂੰ ਦੱਸਦਾ ਤੁਸੀਂ ਪਨੀਰ ਜਿਹੜਾ ਮਿਲਦਾ ਹੈ ਕੰਪਨੀਆਂ ਦਾ ਉਹ ਤੁਸੀਂ ਕਿਉਂ ਨਹੀਂ ਖਰੀਦਦੇ ਖਰੀਦਦੇ ਹੋ ਲੇਕਿਨ ਉਹਦੀ ਸੇਲ ਤੋਂ 4 ਗੁਣਾ ਸੇਲ ਖੁੱਲੇ ਪਨੀਰ ਦੀ ਹੈ ਕੀ ਮਤਲਬ ਹੁੰਦਾ ਹੈ ਇਹਦਾ ਅਸੀਂ ਪੈਸੇ ਬਚਾਣ ਲਈ ਕੀਤਾ ਅਸੀਂ ਆਪਣੀ ਲਾਈਫ ਉਸ ਹਲਵਾਈ ਦੇ ਉੱਤੇ ਛੱਡਤੀ ਉਹ ਪਨੀਰ ਦੇ ਵਿੱਚ ਸਟਾਰਚ ਪਾ ਦੇ ਅਸੀਂ ਅਲਾਉ ਕਰਤਾ ਨਾ ਜਿਹੜੀਆਂ ਕੰਪਨੀਆਂ ਵਾਲੇ ਹੁੰਦੇ ਨੇ ਦੇਖੋ ਉਹਦਾ ਇਹ ਕੀ ਮਤਲਬ ਖੁੱਲਾ ਪਨੀਰ ਖਰਾਬ ਹੀ ਹੁੰਦਾ ਨਹੀਂ ਸਾਰਾ ਨਹੀਂ ਅਸੀਂ ਰਿਸ਼ਤਾ ਲੈ ਲਿਆ ਨਾ ਸਸਤਾ ਕਨੇ ਵੇਚ ਰਿਹਾ ਹੁਣ ਪਨੀਰ ਦਾ ਪੈਕੇਟ ਜਿਹੜਾ ਕੰਪਨੀਆਂ ਵਾਲੇ ਉਹਨਾਂ ਦੀ ਇੱਜ਼ਤ ਹੈਗੀ ਹੈ ਉਹਨਾਂ ਦੀ ਇੱਜ਼ਤ ਹੈਗੀ ਹੈ ਉਹਨਾਂ ਨੂੰ ਪਤਾ ਹੈ ਕਿ ਇੱਕ ਪੈਕੇਟ ਵੀ ਚ ਐਡਲੂਟੇਸ਼ਨ ਨਿਕਲ ਆਈ ਤਾਂ ਉਹਨਾਂ ਦੀ ਪੂਰੀ ਕੰਪਨੀਟ ਪੱਠਾ ਬਹਿ ਜਾਣਾ ਕਿ ਜੜਾ ਹੁਣ ਇਹ ਲਵਾਈ ਬੈਠਾ ਹੈ ਤੁਸੀਂ ਕਿੰਨਾ ਟਾਈਮ ਹੈ ਤੁਹਾਡੇ ਕੋਲ ਚੈੱਕ ਕਰਨ ਦਾ ਲੈ ਕੇ ਕਿੱਥੇ ਜਾਓਗੇ ਐਫਐਸਐਸਏ ਉੱਥੇ ਹੀ ਬੰਦੇ ਬੈਠੇ ਨੇ ਸੈਂਪਲ ਲਏਗਾ ਉਹ ਬੜੀਆਂ ਹੈਗਾ ਫਿਰ ਆ ਪਰ ਡਾਕਟਰ ਸਾਹਿਬ ਮੈਂ ਇੱਕ ਵੱਡਾ ਨਾਮ ਇਹੋ ਜਿਹਾ ਜਾਣਦੀ ਆ ਜਿੱਥੋਂ ਦੀ ਮੈਨੇਜਰ ਮੇਰੀ ਫਰੈਂਡ ਹੈ ਤਾਂ ਮੈਂ ਉਹਨੂੰ ਪੁੱਛਿਆ ਸੀ ਕਿ ਕਿੰਨੇ ਫੀਸ ਦੀ ਸ਼ੁੱਧਤਾ ਹੈਗੀ ਆ ਉਹਨੇ ਕਿਹਾ 85% ਮੈਂ ਕਿਹਾ ਇੱਥੇ ਵੀ 15% ਮਿਲਾਵਟ ਹਾਂ ਕਿ ਹਾਂ ਇੱਥੇ ਵੱਡੀ ਕੰਪਨੀ ਦੇ ਵਿੱਚ ਹਾਂ ਉਧਰ ਬਹੁਤ ਵੱਡਾ ਨਾਮ ਹੈ ਠੀਕ ਹੈ ਮੈਂ ਮੰਨਦਾ ਸਾਰੇ ਜਾਣਦੇ ਆ ਉਹ ਮੈਂ ਮੈਂ ਮੰਨਦਾ ਮੈਂ ਮੰਨਦਾ ਇਸ ਗੱਲ ਨੂੰ ਦੁੱਧ ਪਨੀਰ ਮੈਂ 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 ਇਸ ਗੱਲ ਨੂੰ ਮੰਨਦਾ ਕੀ ਮਲਾਵਰ ਦੇਖੋ ਕਿਤੇ ਨਹੀਂ ਹੈ ਕਿਥੇ ਲਾ ਕਿਤੇ ਤਾਂ ਹੁੰਦੀ ਹੈ ਬਟ ਕੁਝ ਲੈਵਲ ਤੱਕ ਹੁੰਦੀ ਹੈ ਜਿਹੜੇ ਆਪਾਂ ਖੁੱਲੀ ਚੀਜ਼ ਲਵਾਂਗੇ ਉਥੇ ਤਾਂ ਕੋਈ ਲੈਵਲ ਹੀ ਨਹੀਂ ਹੈ ਨਾ ਹੂੰ ਹੁੰਦੇ ਮੈਂ ਆ ਇਥੇ ਛੋਟਾ ਦਾ ਪਿੰਡ ਹੈ ਪਤਨੀਆਂ ਨੇ ਆਪਦਾ ਬੜਾ ਸਟੈਂਡਰਡ ਮੇਨਟੇਨ ਵੀ ਰੱਖਿਆ ਹੁੰਦਾ ਜਿਨ੍ਹਾਂ ਨੇ ਜਿਨ੍ਹਾਂ ਨੇ ਮੇਨਟੇਨ ਕੀਤਾ ਹੋਇਆ ਉਹ ਵੱਧਦੇ ਨੇ ਜਿਨ੍ਹਾਂ ਨੇ ਮੇਨਟੇਨ ਨਹੀਂ ਕੀਤਾ ਹੋਇਆ ਲੋਕੀ ਲੈ ਰਹੇ ਨੇ ਪੇਟ ਖਰਾਬ ਹੋ ਰਿਹਾ ਡਾਕਟਰਾਂ ਕੋਲ ਜਾ ਰਹੇ ਹੂੰ ਕਮਜ਼ੀਆਂ ਹੋ ਰਹੀਆਂ ਲੋਕਾਂ ਨੂੰ ਕਬਜ਼ ਦੀ ਕਿੰਨੀ ਬਿਮਾਰੀ ਹੈ ਐਸਿਡਿਟੀ ਦੀ ਕਿੰਨੀ ਜਿਹੜਾ ਬੰਦਾ ਆਂਦਾ ਮੈਂ ਡਾਕਟਰ ਵੀ ਹੈ ਜਿਹੜਾ ਆਂਦਾ ਐ ਮੇਰੇ ਤੇ ਗੈਸ ਬਣ ਰਹੀ ਹੈ ਮੇਰੀ ਮੇਰਾ ਪੇਟ ਸਾਫ਼ ਨਹੀਂ ਹੋ ਰਿਹਾ ਮੇਰਾ ਉਹ ਨਹੀਂ ਹੋ ਰਿਹਾ ਕਿਉਂਕਿ 스타ਚ ਦੇ ਵਿੱਚ ਜਿਹੜੀ ਵੀ ਫੂਡ ਦੇ ਵਿੱਚ ਫਾਈਬਰ ਨਹੀਂ ਹੋਏਗਾ ਉਹ ਆਪਾਂ ਖਾਵਾਂਗੇ ਤਾਂ ਚਿਪਕ ਜਾਏਗੀ ਚਿਪਕ ਜਿਗੇ ਬਿਲਕੁਲ ਮਤਲਬ ਆਪਾਂ ਆਪਣਾ ਦਿਮਾਗ ਬਿਲਕੁਲ ਖੋਲ ਕੇ ਚੰਗੀ ਤਰ੍ਹਾਂ ਜਾਂਚ ਵਿਚਾਰ ਕਰਕੇ ਖਾਣਾ ਹੈ ਆਪਾਂ ਦੁੱਧ ਵਾਲਿਆਂ ਦੇ ਬਿਲਕੁਲ ਖਿਲਾਫ ਨਹੀਂ ਮੈਂ ਬੋਲਣਾ ਉਹਨਾਂ ਦੇ ਨਾਲ ਹੀ ਹੈ ਪਰ ਜਿਹੜੇ ਗਲਤ ਨੇ ਉਨਾ ਦੇ ਮੈਂ ਬਹੁਤ ਖਿਲਾਫ ਹੈ ਬਿਲਕੁਲ ਬਿਲਕੁਲ ਕਿਉਂਕਿ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਇਹ ਇੱਕ ਕਹਿੰਦੇ ਆ ਕਿ ਜਿਵੇਂ ਪ੍ਰਮਾਤਮਾ ਦੀ ਡਿਊਟੀ ਹੈ ਸਾਰੀ ਸ੍ਰਿਸ਼ਟੀ ਨੂੰ ਸੰਭਾਲਣ ਦੀ ਉਸੇ ਤਰ੍ਹਾਂ ਜਿਹੜੇ ਅਨਾਜ ਉਗਾਉਂਦੇ ਨੇ ਜਾਂ ਫਿਰ ਜਿਹੜੇ ਦੁੱਧ ਪੈਦਾ ਕਰਦੇ ਨੇ ਉਹਨਾਂ ਦੇ ਉੱਤੇ ਬਹੁਤ ਵੱਡੀ ਰਿਸਪਾਂਸਿਬਿਲਟੀ ਹੈ ਲੋਕਾਂ ਦੀ ਸਿਹਤ ਨਾਲ ਜੁੜੀ ਹੋਈ ਕਿ ਲੋਕਾਂ ਦੀ ਸਿਹਤ ਨੂੰ ਤੁਸੀਂ ਬਚਾ ਕੇ ਰੱਖਣਾ ਹੈਗਾ ਰੇਟ ਆਪਣਾ ਵਧ ਕਰ ਦਿਓ ਲੋਕ ਲੈਣਗੇ ਜਿੰਨਾਂ ਨੂੰ ਨਹੀਂ ਸਰਦਾ ਉਹਨਾਂ ਨੇ ਲੈਣਾ ਹੀ ਲੈਣਾ ਹੈ ਆਪਦਾ ਕੁਆਲਿਟੀ ਮੇਨਟੇਨ ਰੱਖੋ ਰੇਟ ਆਪਣਾ ਜਿੰਨਾ ਬਣਦਾ ਉਹ ਰੱਖੋ ਜਿਨ੍ਹਾਂ ਨੇ ਸਹੀ चीज लेनी है वो ਲੈਣਗੇ ਜਿਵੇਂ ਕਹਿੰਦੇ ਨਾ ਕਿ ਹੀਰੇ ਦੀ ਪਰਖ ਜੋਰੀ ਨੂੰ ਹੀ ਹੁੰਦੀ ਹੈ ਤੇ ਉਹੋ ਜਿਹੇ ਲੋਕ ਹੈਗੇ ਆ ਦੁਨੀਆ ਵਿੱਚ ਇਹ ਗੱਲ ਤੇ ਦੁਬਾਰਾ ਜ਼ੋਰ ਪਾਣਾ ਚਾਹਨਾ ਹੈ ਕਿ ਦੁੱਧ ਸੇਫ ਇੱਕ ਸਬਸਟੈਂਡਰਡ ਇੱਕ ਅਡਲਟਰੇਟਡ ਅਨਸੇਫ ਅਨਸੇਫ ਅਡਲਟਰੇਟਡ ਹੋ ਗਿਆ ਠੀਕ ਹੈ ਇੱਕ ਸੇਫ ਇੱਕ ਸਬਸਟੈਂਡਰਡ ਜਿਹੜਾ ਸਟੈਂਡਰਡ ਹੈ ਮਾਪਦੰਡ ਹੈ ਉਸ ਤੋਂ ਥੋੜਾ ਥੱਲੇ ਇਹ ਤਿੰਨ ਚੀਜ਼ਾਂ ਹੁੰਦੀਆਂ ਨੇ ਇਹ ਤਿੰਨ ਚੀਜ਼ਾਂ ਨੂੰ ਕਨਫਿਊਜ਼ ਨਾ ਬਿਲਕੁਲ ਠੀਕ ਹੈ ਸਬ ਸਟੈਂਡਰਡ ਵੀ ਬਹੁਤ ਮਾੜਾ ਹੈ ਬਹੁਤ ਮਾੜਾ ਹੈ ਤੁਸੀਂ ਪੈਸੇ ਪੂਰੇ ਲੈ ਰਹੇ ਹੋ ਪਰ ਉੱਥੇ ਪੈਸੇ ਦਾ ਕਟਾ ਹੂੰ ਉੱਥੇ ਪੈਸੇ ਦਾ ਕਟਾ ਹੈ ਸੇਜ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੁੰਦਾ ਪੈਸੇ ਦਾ ਕਟਾ ਹੈ ਗੱਲ ਤੋਂ ਵੀ ਹੈ ਗੱਲ ਤੋਂ ਲੇਕਿਨ ਰਲਟੇਸ਼ਨ ਵਾਸਤੇ ਤਾਂ ਮੈਨੂੰ ਕੁਝ ਬੋਲਣਾ ਹੀ ਨਹੀਂ ਹੂੰ ਬਿਲਕੁਲ ਉਹ ਤਾਂ ਫਿਰ ਬਿਲਕੁਲ ਹੀ ਉਹਦੇ ਲਈ ਤਾਂ ਸਜ਼ਾ ਜ਼ਰੂਰੀ ਚਾਹੀਦੀ ਹੈ ਸੋ ਇਹੀ ਜਿਹੜੀ ਹੋਣੀ ਚਾਹੀਦੀ ਹੈ ਡਿਮਾਂਡ ਹੋਣੀ ਚਾਹੀਦੀ ਆਮ ਲੋਕਾਂ ਦੀ ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਇਸ ਹਲਵਾਈ ਦੇ ਦੁੱਧ ਦੇ ਵਿੱਚ ਦੁੱਧ ਦੇ ਸੈਂਪਲ ਫੇਲ ਹੋਏ ਨੇ ਇਸ ਕੰਪਨੀ ਦੇ ਦੁੱਧ ਦੇ ਸੈਂਪਲ ਫੇਲ ਹੋਏ ਨੇ ਇਸ ਦੁੱਧੀ ਦੇ ਦੁੱਧ ਦੇ ਸੈਂਪਲ ਜਾਂ ਕਿਉਂ ਦੇ ਸੈਂਪਲ ਫੇਲ ਹੋਏ ਨੇ ਜਾ ਕੇ ਪੁੱਛੋ ਮਹਿਕਮੇ ਨੂੰ ਸਾਡੀ ਸਾਡੀ ਆਪਣੀ ਡਿਊਟੀ ਬਣਦੀ ਹੈ ਕਿ ਉਸ ਬੰਦੇ ਨੂੰ ਸਜ਼ਾ ਕਿ ਦਿੱਤੀ ਹੈ ਕਾਨੂੰਨ ਬਣਿਆ ਹੋਇਆ ਸਜ਼ਾ ਦੇ ਲਈ ਤਾਂ ਹੀ ਸ਼ਾਇਦ ਇਸ ਮਿਲਾਵਟ ਖੋਰੀ ਦੇ ਦੰਦੇ ਨੂੰ ਠੱਲ ਪਾਉਗੇ ਸੋ ਡਾਕਟਰ ਸੰਤੋਖ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਟੂਡੀਓ ਚ ਪਹੁੰਚੇ ਇਤਿਆਸ ਕਰਦੇ ਆ ਛੇਤੀ ਆਪਾਂ ਫੇਰ ਮਿਲਾਂਗੇ ਬਿਲਕੁਲ ਬਹੁਤ ਬਹੁਤ ਤਿਆਰ ਰੱਖੋ ਸਿਹਤ ਪਾਲੇ ਪਾਸੋਂ ਓਕੇ ਜੀ ਸਤਿ ਸ੍ਰੀ ਅਕਾਲ